ਸਤਿਗੁਰੂ ਨੇ ਇਹ ਦਾਨ ਦਿੱਤਾ ਇਹੋ ਜਿਹੇ ਪੁਰਖ ਪੈਦਾ ਕੀਤੇ ਧਰਤੀ ਦੇ ਉੱਤੇ
ਜਿਹੜੇ ਨਿਰਭਉ ਬਣਾ ਦਿੱਤੇ। ਆਪ ਨਿਰਭਉ ਸਨ, ਨਿਰਭਉ ਪਰਮੇਸ਼ਵਰ ਨੂੰ ਜਪਿਆ, ਆਪ ਨਿਰਭਉ ਸਨ ਜਿਹਨਾਂ ਨੂੰ ਆਪਣੇ ਚਰਨਾਂ ਨਾਲ ਦੇਖ ਕਰਕੇ ਗੁਰੂ ਨੇ ਜੋੜਿਆ, ਉਹ ਨਿਰਭਉ ਹੋਏ ਅਤੇ ਉਹਨਾਂ ਨੇ ਜਲ ਧਾਰਾ ਕਰਕੇ ਸਰੀਰ ਨੂੰ ਖਤਮ ਕਰਨ ਦੀ ਬਜਾਏ ਕਿਰਪਾਨ ਫੜ ਕੇ ਆਪਣੇ ਸਰੀਰ ਨੂੰ ਦੂਜਿਆਂ ਦੇ ਖਾਤਰ ਕੁਰਬਾਨ ਕਰਨਾ ਚੰਗਾ ਸਮਝੇ। ਇਹ ਮੁੱਖ ਉਪਦੇਸ਼ ਹੈ ਜਿਹੜਾ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਨੇ ਦੁਨੀਆਂ ਦੇ ਲੋਕਾਂ ਨੂੰ ਬਖਸ਼ਿਸ਼ ਕੀਤਾ, ਨਿਰਦਾਇਕ ਕੀਤਾ। ਹੁਣ ਆਪਾਂ 84 ਦੇਖਦੇ ਹਾਂ, 84 ਤੋਂ ਵੀ ਪਹਿਲਾਂ ਜਿਹੜਾ ਪਹਿਲਾ ਸ਼ਹੀਦ ਹੋਇਆ ਸਿੱਖਾਂ ਦੇ ਵਿੱਚ ਭਾਈ ਤਾਰਾ ਜੀ ਸੀ, ਲਾਹੌਰ ਦੇ ਵਿੱਚ ਸ਼ਹੀਦ ਹੋਏ। ਜਦੋਂ ਬਾਬਰ ਨੇ ਹਮਲਾ ਕੀਤਾ, ਬਾਬਰ ਇੱਕ ਕੰਮ ਕਰਦਾ ਹੁੰਦਾ ਸੀ ਕਿ ਜਿਹੜੇ ਸ਼ਹਿਰ ਦੇ ਵਿੱਚ ਆਉਣਾ ਸ਼ਹਿਰ ਨੂੰ ਅੱਗ ਲਾ ਦੇਣੀ, ਸਾਰਾ ਸ਼ਹਿਰ ਸਾੜ ਦੇਣਾ। ਉਦੋਂ ਮੂੰਹ ਬੋਲਿਆ ਹੋਇਆ ਜਿਹੜਾ ਗੋਰ ਹੁੰਦਾ ਸੀ ਉਹ ਇੱਕ ਹੁੰਦਾ ਸੀ। ਸ਼ਹਿਰ ਲਾਹੌਰ ਨੂੰ ਅੱਗ ਲਾ ਦਿੱਤੀ ਗਈ ਅਤੇ ਭਾਈ ਤਾਰਾ ਜੀ ਸਨ ਜਿਹੜੇ ਇਹ ਬਾਲਟੀ ਚੱਕ ਕੇ ਅੱਗ ਬੁਝਾਉਣ ਲੱਗ ਗਏ। ਹੁਣ ਦੇਖੋ ਜਿਹੜਾ ਨਿਰਭਉ ਹੋਇਆ ਹੋਇਆ ਬੰਦਾ ਹੈ ਉਹਦੇ ਜਿਸ ਦੇ ਵਿੱਚ ਗੁਰੂ ਵਸਿਆ ਹੋਇਆ ਸੀ ਅਤੇ ਮੇਰੇ ਗੁਰੂ ਨੇ ਇਹ ਕਿਹਾ ਕਿ ਸੱਚ ਖਾਤਰ ਕੰਮ ਕਰਨਾ, ਜਿਹੜਾ ਜ਼ੁਲਮ ਆਉਂਦਾ ਉਹਨੂੰ ਰੋਕਣਾ ਹੈ। ਇੱਕ ਬੰਦਾ ਸਾਰਿਆਂ ਦੇ ਵਿੱਚੋਂ ਇੱਕ ਬੰਦਾ ਉੱਠ ਗਿਆ ਅਤੇ ਇੱਕ ਬੰਦਾ ਉੱਠ ਕੇ ਲਾਹੌਰ ਸ਼ਹਿਰ ਨੂੰ ਲੱਗੀ ਹੋਈ ਹੈ ਅੱਗ, ਉਹਨੂੰ ਬਾਹਰ ਨਿਕਲ ਚੱਕ ਕੇ ਪਾਣੀ ਨਾਲ ਅੱਗ ਨੂੰ ਬੁਝਾਉਣ ਲੱਗਿਆ। ਇੱਕ ਬੰਦੇ ਦਾ ਕੀ ਮਤਲਬ, ਇੱਕ ਬੰਦਾ ਅੱਗ ਬੁਝਾ ਦੂਸਰੇ ਸਨ ਕਦੇ ਨਹੀਂ ਬੁਝਾ ਸਕਦਾ। ਉਹਨੂੰ ਪੁੱਛਿਆ ਵੀ ਤੂੰ ਇਹ ਕੀ ਕਰਨ ਲੱਗੇ ਹੈ, ਅੱਗ ਤਾਂ ਬੁਝ ਨਹੀਂ ਸਕਦੀ ਨਾ ਜੁਲਮ ਨੇ ਮੁੱਕਣਾ। ਕਹਿੰਦਾ ਮੈਨੂੰ ਅੱਗ ਬੁਝਾਉਣ ਤੱਕ ਮਤਲਬ ਨਹੀਂ, ਮੈਨੂੰ ਮਤਲਬ ਇਹ ਹੈ ਕਿ ਮੇਰੇ ਗੁਰੂ ਨੇ ਕਿਹਾ ਜਿੱਥੇ ਜ਼ੁਲਮ ਹੁੰਦਾ ਉਸ ਜ਼ੁਲਮ ਨੂੰ ਖਤਮ ਕਰਨ ਲਈ ਤੈਂ ਜ਼ਰੂਰ ਆਪਣਾ ਹਿੱਸਾ ਪਾਉਣਾ, ਮੈਂ ਆਪਣਾ ਹਿੱਸਾ ਪਾ ਰਿਹਾ। ਜ਼ੁਲਮ ਮੁੱਕਦਾ ਜਾਂ ਨਹੀਂ, ਅੱਗ ਬੁਝਦੀ ਆ ਜਾਂ ਨਹੀਂ ਬੁਝਦੀ, ਇਹ ਮੇਰੇ ਗੁਰੂ ਨੂੰ ਪਤਾ ਹੈ। ਜਦੋਂ ਭਗਵਾਨ ਰਾਮਚੰਦਰ ਜੀ ਰਾਵਣ ਨੂੰ ਢਾਉਣ ਗਏ ਨੇ ਨਾ, ਰਾਵਣ ਨੂੰ ਰਾਵਣ ਨਾਲ ਜੰਗ ਕਰਨ ਗਏ ਨੇ, ਉਦੋਂ ਸਮੁੰਦਰ ਦੇ ਉੱਤੇ ਇੱਕ ਪੁੱਲ ਬਣਦਾ ਸੀ ਅਤੇ ਉਸ ਪੁੱਲ ਨੂੰ ਬਣਾਉਣ ਲਈ ਰਾਮਚੰਦਰ ਜੀ ਨੇ ਸਾਰਿਆਂ ਨੂੰ ਹੁਕਮ ਕਰਤਾ ਵੀ ਜਿੰਨਾ ਜਿੰਨਾ ਜਿੰਨੇ ਜਿੰਨੇ ਜੀਵ ਨੇ ਸਾਰੇ ਹਿੱਸਾ ਪਾਓ। ਇੱਕ ਗਲਹਿਰੀ ਸੀ ਜਿਹੜੀ ਉਹ ਸਮੁੰਦਰ ਤੋਂ ਬਾਹਰ ਨਿਕਲਿਆ ਕਰੇ ਅਤੇ ਨਿਕਲ ਕੇ ਰੇਤੇ ਦੇ ਵਿੱਚ ਆਇਆ ਕਰੇ, ਰੇਤੇ ਦੇ ਵਿੱਚ ਦੌੜ ਪੁੱਲ ਨਹੀਂ ਹੋਇਆ ਸਮੁੰਦਰ ਦੇ ਵਿੱਚ ਲਿਜਾ ਕਰੇ ਅਤੇ ਉੱਥੇ ਉਹਦੇ ਸਰੀਰ ਨੂੰ ਡਿੱਗੇ ਜਿਹੇ ਨੂੰ ਦੇਖ ਕੇ ਲੋਕ ਹੱਸਣ ਲੱਗ ਗਏ ਵੀ ਹੇ ਗਲਹਿਰੀ ਤੂੰ ਕੀ ਕਰਨੀ ਹੈ। ਕਹਿੰਦੀ ਮੈਂ ਸਮੁੰਦਰ ਦੇ ਉੱਤੇ ਪੁੱਲ ਬਣਾਉਣ ਦੀ ਮਦਦ ਕਰਦੀ। ਕਹਿੰਦੇ ਕੀ ਕਰਦੀ ਹੈ, ਮਤਲਬ ਚਾਰ ਰੇਤੇ ਦੇ ਦਾਣੇ ਨੇ ਜਿਹੜੇ ਉਹ ਤੇਰੇ ਸਰੀਰ ਨਾਲ ਲੱਗੇ ਹੋਏ ਨੇ, ਉਹ ਲੈ ਕੇ ਜਾਂਦੀ ਇਹਦੇ ਨਾਲ ਪੁੱਲ ਬਣ ਜੂ। ਕਿਉਂਕਿ ਜੀ ਇਹ ਗੱਲ ਇਹ ਨਹੀਂ ਹੈ, ਮੈਂ ਹੁਕਮਰਾਨ ਨਹੀਂ ਹਾਂ ਰਾਮਚੰਦਰ ਜੀ ਦਾ ਪੁੱਲ ਬਣੇ ਜਾਂ ਨਾ ਬਣੇ, ਮੈਂ ਆਪਣਾ ਹਿੱਸਾ ਪਾ ਰਿਹਾ। ਸੋ ਸਾਡੇ ਵਿੱਚੋਂ ਜਿਹੜੀ ਇਹ ਗੱਲ ਹੈ, ਇਹ ਗੱਲ ਸਾਡੇ ਵਿੱਚੋਂ ਮੁੱਕਦੀ ਜਾਂਦਾ। ਜੇ ਕਿਤੇ ਜ਼ੁਲਮ ਹੋਵੇ, ਕਿਤੇ ਧੱਕਾ ਹੋਵੇ, ਆਪਾਂ ਕਹਿੰਦੇ ਵੀ ਸਾਨੂੰ ਕੀ, ਸਾਨੂੰ ਕੀ ਹੈ ਜਿਹੜਾ ਕਰੂ ਭਰੂ, ਆਪਾਂ ਪਾਸੇ ਹੋ ਜਾਣਾ। ਸਾਊ ਆਦਮੀ ਪਾਸੇ ਹੋ ਜਾਂਦੇ ਨੇ ਅਤੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਦਾ ਅਟਲ ਬੋਲ ਹੈ, ਇੱਲਤ ਕਾ ਨਾਮ ਚੌਧਰੀ ਪੂਰੀ ਪੂਰੇ ਥਾਉ। ਜਿਹੜੇ ਇੱਲਤਾਂ ਕਰਨ ਵਾਲੇ ਨੇ ਉਹ ਚੌਧਰੀ ਬਣ ਜਾਂਦੇ ਨੇ ਅਤੇ ਫਿਰ ਖਾਲੀ ਥਾਵਾਂ ਨੂੰ ਕੂੜ ਭਰਦਾ, ਝੂਠ ਹੈ ਜਿਹੜਾ ਝੂਠ ਅੱਗੇ ਆਉਂਦਾ ਜਗਤ ਦੇ। ਇਹ ਗੱਲਾਂ ਵਾਪਰਦੀਆਂ ਨੇ ਜਿਹੜੀ 84 ਹੈ। ਆਪਾਂ ਜਦੋਂ ਵੀ ਦੇਖ ਲਈਏ 84 ਦੇਖ ਲਈਏ, ਜਦੋਂ ਵੀ ਕਿਤੇ ਜ਼ੁਲਮ ਹੁੰਦਾ, ਜਦੋਂ ਵੀ ਕਿਤੇ ਕੋਈ ਮਹਾਂਪੁਰਖ ਆਉਂਦਾ ਹੈ, ਉਹ ਮੁੜ ਕੇ ਲੋਕਾਂ ਨੂੰ ਸੱਚ ਦੇ ਨਾਲ ਜੋੜਦਾ ਹੈ।
ਜਿਹੜੀ 84 ਤੋਂ ਬਾਅਦ ਦੀ ਪੀੜ੍ਹੀ ਜੰਮੀ ਆ ਉਹਨਾਂ ਨੂੰ ਤਾਂ ਪਤਾ ਨਹੀਂ, ਉਹਨਾਂ ਨੇ ਉਸ ਮਹਾਂਪੁਰਖ ਦੇ ਦਰਸ਼ਨ ਨਹੀਂ ਕੀਤੇ। ਤੁਹਾਡੇ ਵਿੱਚੋਂ ਵੀ ਕੋਈ ਕੋਈ ਭਾਗਾਂ ਵਾਲੇ ਹੋਣਗੇ ਜਿਨ੍ਹਾਂ ਨੇ ਉਹਨਾਂ ਦੇ ਦਰਸ਼ਨ ਕੀਤੇ। ਮੇਰੇ ਵੀ ਕਰਮ ਚੰਗੇ ਸਨ ਥੋੜ੍ਹੇ ਥੋੜ੍ਹੇ, ਅਤੇ ਮੈਨੂੰ ਉਹਨਾਂ ਨਾਲ ਗੱਲਾਂ ਕਰਨ ਦਾ ਵੀ ਮੌਕਾ ਮਿਲਿਆ, ਉਹਨਾਂ ਦੇ ਦਰਸ਼ਨ ਕਰਨ ਦਾ ਵੀ ਮੌਕਾ ਮਿਲਿਆ, ਉਹਨਾਂ ਦੇ ਵਚਨ ਸੁਣਨ ਦਾ, ਮੂਹਰੇ ਬੈਠ ਕੇ ਵਚਨ ਸੁਣਨ ਦਾ ਵੀ ਮੌਕਾ ਮਿਲਿਆ। ਸੋ ਇਹੋ ਜਿਹਾ ਪੁਰਖ ਧਰਤੀ ਦੇ ਉੱਤੇ ਸਦੀਆਂ ਬਾਅਦ ਆਉਂਦਾ ਹੁੰਦਾ, ਸਦੀਆਂ ਬਾਅਦ ਆਉਂਦਾ ਹੁੰਦਾ। ਤੁਸੀਂ ਇਹ ਦੇਖੋ, ਉਹ ਜਿਹੜੇ ਪਰਿਵਾਰ ਦੇ ਵਿੱਚ ਜਨਮੇ ਉਹ ਆਪਣਾ ਧਰਮ ਕਰਕੇ ਚਲੇ ਗਏ, ਬਾਅਦ ਦੇ ਵਿੱਚ ਪਰਿਵਾਰ ਨੇ ਵੀ ਲਾਹਾ ਲੈਣ ਦੀ ਕੋਸ਼ਿਸ਼ ਕੀਤੀ, ਅਤੇ ਜੋ ਸੰਤ ਜਰਨੈਲ ਸਿੰਘ ਸੀ ਉਹ ਸੰਤ ਜਰਨੈਲ ਸਿੰਘ ਸੀ, ਨਾ ਉਹਨਾਂ ਦੇ ਪੁੱਤਰ ਨਾ ਉਹਨਾਂ ਦਾ ਪਰਿਵਾਰ ਉਹਨਾਂ ਵਰਗਾ ਬਣ ਨਹੀਂ ਸਕਿਆ, ਕਿਉਂਕਿ ਜਿਹੜੀ ਤਾਕਤ ਜਿਹੜਾ ਦਾਨ ਦਿੱਤਾ ਹੁੰਦਾ ਠੀਕ ਆ, ਉਹ ਰਿਸਪੈਕਟ ਮਾਣਯੋਗ ਹਨ, ਸਾਡੇ ਲਈ ਸਤਿਕਾਰਯੋਗ ਹਨ, ਪਰ ਜੋ ਹੁਕਮ ਉਹਨਾਂ ਨੂੰ ਹੋਇਆ ਸੀ ਉਹੀ ਕਰ ਸਕਦੇ ਸਨ। ਜਿਹੜੀਆਂ ਮੈਨੂੰ ਉਹਨਾਂ ਦੀਆਂ ਗੱਲਾਂ ਦੀਆਂ ਯਾਦਾਂ ਆਉਂਦੀਆਂ, ਜਿਹੜੇ ਉਹਨਾਂ ਦੇ ਨਾਲ ਵਚਨ ਹੋਏ ਉਹਨਾਂ ਨਾਲ ਪੁੱਛੀਆਂ, ਸਾਡੇ ਕਾਲਜ ਦੇ ਵਿੱਚ ਮੈਂ ਗੁਰੂ ਕਾਲਜ ਪਟਿਆਲਾ ਤੋਂ ਮੇਰੇ ਵਿਦਿਆ ਦਾਨ ਮਿਲਿਆ, ਉਸ ਦੇ ਅਸੀਂ ਸਦਾ ਕਰਜਾਈ ਹਾਂ। ਸੋ ਸਾਡੇ ਕਾਲਜ ਦੇ ਵਿੱਚ ਜਦੋਂ ਅਸੀਂ ਸੱਦਣਾ, ਉਹਨਾਂ ਨੂੰ ਸੱਦਣ ਦਾ ਫੈਸਲਾ ਕੀਤਾ ਵੀ ਇਸ ਵੇਲੇ ਇੰਨਾ ਉਹ ਸੇਵਾ ਕਰ ਰਹੇ ਨੇ, ਇੰਨਾ ਪ੍ਰਚਾਰ ਕਰ ਰਹੇ ਨੇ, ਆਪਾਂ ਉਹਨਾਂ ਨੂੰ ਸੱਦ ਕੇ ਉਹਨਾਂ ਦੇ ਵਚਨ ਸੁਣੀਏ। ਸੋ 10-15 ਸਾਡੇ ਕਲਾਸ ਸੀ ਦੋਹਾਂ, ਫਸਟ ਈਅਰ ਅਤੇ ਸੈਕਿੰਡ ਈਅਰ ਦੀ ਬਾਅਦ ਐਮਏ ਦੀ, ਅਤੇ ਉਦੋਂ ਜਿਹੜੀ ਸਾਡੀ ਕਮੇਟੀ ਸੀ ਮੈਨੇਜਮੈਂਟ ਕਮੇਟੀ ਚਲਾਉਣ ਵਾਲੀ ਕਾਲਜ ਨੂੰ, ਉਹਨਾਂ ਨੇ ਸਾਨੂੰ ਵਾਰਨਿੰਗ ਦੇ ਦਿੱਤੀ ਵੀ ਉਹ ਕੰਟਰੋਵਰਸੀਅਲ ਸਾਧੂ ਹੈ, ਤੁਸੀਂ ਉਹਨੂੰ ਨਾ ਸੱਦਿਓ। ਅਤੇ ਸਾਡੇ ਚਿੱਤ ਦੇ ਵਿੱਚ ਆਇਆ ਵੀ ਸਾਧੂ ਜਿਹੜਾ ਸੱਚ ਬੋਲਦਾ ਹੈ ਕਮੇਟੀ ਕੰਟਰੋਵਰਸੀਅਲ ਕਹਿੰਦੀ ਹੈ, ਵੀ ਜੇ ਸੱਦ ਲਿਆ ਤਾਂ ਹੋ ਸਕਦਾ ਵੀ ਸਾਨੂੰ ਇਹ ਕਹਿੰਦੇ ਵੀ ਬੋਰੀ ਪਿੱਤਰ ਚੱਕ ਕੇ ਜਾਓ ਪੜ੍ਹਾ, ਅਤੇ ਥੋੜ੍ਹੀ ਪੜ੍ਹਾਈ ਖਰਾਬ ਹੋ। ਪਰ ਸਾਰਿਆਂ ਨੇ ਅਸੀਂ ਸਾਰਿਆਂ ਨੇ ਸੰਗਤ ਰੂਪ ਵਿੱਚ ਮਹਾਰਾਜ ਦੇ ਅੱਗੇ ਜਾ ਕੇ ਫੈਸਲਾ ਕੀਤਾ ਵੀ ਉਹਨਾਂ ਦੇ ਦਰਸ਼ਨ ਕਰਨੇ ਨੇ, ਉਹਨਾਂ ਨੂੰ ਸੱਦਣਾ ਨੇ, ਕਮੇਟੀ ਪਾ ਕੇ ਜੋ ਕੁਛ ਕਰਨਾ ਕਰਨਾ। ਤੋ ਉਹਦੀ ਬੇਨਤੀ ਗੁਰਦੁਆਰਾ ਦੁਖਨਿਵਾਰਨ ਸਾਹਿਬ ਦੇ ਵਿੱਚ ਕਥਾ ਚੱਲਦੀ ਸੀ, ਉੱਥੇ ਅਸੀਂ ਗਏ, ਉੱਥੇ ਜਾ ਕੇ ਬੇਨਤੀ ਕੀਤੀ, ਇੰਨੇ ਖੁਸ਼ ਹੋਏ ਅਤੇ ਉਸੇ ਵਕਤ ਕੋਲ ਆ ਬੈਠੇ, ਕਹਿੰਦੇ ਵੀ ਤੁਹਾਨੂੰ ਕਾਲਜ ਵਾਲਿਆਂ ਨੂੰ ਪੜ੍ਹਨ ਵਾਲਿਆਂ ਨੂੰ ਕਹਿੰਦੇ ਮੈਂ ਹਮੇਸ਼ਾ ਪਹਿਲਾਂ ਦਿੰਦਾ, ਦੱਸੋ ਕੀ ਚਾਹੀਦਾ। ਆਖਿਰ ਅਸੀਂ ਕਿਹਾ ਜੀ ਸਾਡੇ ਚਰਨ ਪਾਵ ਜਾ ਕੇ ਕਾਲਜ, ਕਹਿੰਦੇ ਆ ਜਾਂਗੇ ਜਦੋਂ, ਦੱਸੋ ਕਦੋਂ ਆਉਣਾ। ਸੱਦਿਆ ਅਤੇ ਕਾਲਜ ਦੇ ਵਿੱਚ ਆ ਗਏ, ਇੰਨਾ ਪ੍ਰਤਾਪ ਉਹਨਾਂ ਦਾ, ਸਾਰੀ ਦੀ ਸਾਰੀ ਕਮੇਟੀ ਹੱਥ ਜੁੜ ਕੇ ਮੂਹਰੇ ਆ ਗਈ, ਕੋਈ ਝਗੜਾ ਹੀ ਨਹੀਂ ਖੈਰ ਸਾਰੀ ਕਮੇਟੀ ਨੇ ਬੜੀਆਂ ਹੱਸ ਕੇ ਖੁੱਲ੍ਹ ਕੇ ਉਹਨਾਂ ਦੇ ਨਾਲ ਗੱਲਾਂ ਕੀਤੀਆਂ। ਅਤੇ ਫਿਰ ਦੇਖੋ ਜਿਹੜਾ ਪ੍ਰਤਾਪ ਹੁੰਦਾ ਮਹਾਂਪੁਰਖ ਦਾ, ਇੰਨਾ ਪ੍ਰਤਾਪ ਹੁੰਦਾ ਵੀ ਝਗੜਾ ਰਹਿੰਦਾ ਹੀ ਨਹੀਂ, ਕੋਈ ਸਵਾਲ ਹੀ ਮੁੱਕ ਜਾਂਦੇ ਹਨ। ਸਾਡੇ ਕਾਲਜ ਦੇ ਵਿੱਚ ਜਥੇਬੰਦੀ ਸੀ ਨਿਹੰਗਾਂ ਦੀ, ਸਾਰੇ ਨਿਹੰਗ ਮਾੜੇ ਨਹੀਂ ਹੁੰਦੇ ਅਤੇ ਕੋਈ ਕੋਈ ਝਗੜੇ ਵਾਲਾ ਹੀ ਹੁੰਦਾ। ਉਹਨਾਂ ਨੇ ਕੀ ਕੀਤਾ, ਸਾਡੇ ਜਿਹੜਾ 50 ਕਿੱਲੇ ਜ਼ਮੀਨ ਸੀ ਉਹਦੇ ਵਿੱਚੋਂ ਅੱਧ ਦੇ ਉੱਤੇ ਧੱਕੇ ਨਾਲ ਕਬਜ਼ਾ ਕੀਤਾ। ਉੱਥੇ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਸੀ, ਬਾਬਾ ਨਾਨਕ ਸਿੰਘ, ਬਾਬਾ ਹਰਨਾਮ ਸਿੰਘ ਅਤੇ ਬਾਬਾ ਜੱਸਾ ਸਿੰਘ, ਡੇਰਾ ਬਾਬਾ ਜੱਸਾ ਸਿੰਘ ਦੇ ਵਿੱਚ ਸਥਾਨ ਹੈ ਜਿੱਥੇ ਇਹ ਕਾਲਜ ਚੱਲਦਾ, ਅਤੇ ਉਸਦੇ ਅੱਧੇ ਜ਼ਮੀਨ 'ਤੇ ਕਬਜ਼ਾ ਕਰ ਲਿਆ। ਜਦੋਂ ਸਾਡੀਆਂ ਕਲਾਸਾਂ ਲੱਗਿਆ ਕਰਨੀਆਂ, ਜਦੋਂ ਕੋਈ ਫੰਕਸ਼ਨ ਕਰਿਆ ਕਰਨਾ, ਤਾਂ ਉਸ ਫੰਕਸ਼ਨ ਵੇਲੇ ਉਹਨਾਂ ਨੇ ਉੱਚੀ ਉੱਚੀ ਕੀਰਤਨ ਲਾ ਲੈਣਾ, ਸਾਡੇ ਕੱਲਾਂ ਕੁਝ ਨਾ ਪਿਆ ਕਰਨਾ। ਅਸੀਂ ਬੜੀਆਂ ਬੇਨਤੀਆਂ ਕੀਤੀਆਂ ਵੀ ਭਾਈ ਸਾਹਿਬ ਇਹ ਨਾ ਕਰਿਆ ਸੀ, ਅਤੇ ਜਦੋਂ ਸੰਤ ਜਰਨੈਲ ਸਿੰਘ ਹੁਣੀ ਆਏ ਤਾਂ ਆ ਕੇ ਬੈਠੇ ਹੀ ਨੇ, ਉਹਨਾਂ ਨੇ ਕੀਰਤਨ ਸ਼ੁਰੂ ਕਰ ਦਿੱਤਾ, ਸਪੀਕਰ ਦਿੱਤੇ ਰਹੋ ਸਪੀਕਰ ਦਿੱਤੇ।
ਤਾਂ ਕਹਿੰਦੇ ਆਹ ਕੀ ਹੁੰਦਾ ਹੈ, ਅਸੀਂ ਕਹਿੰਦੇ ਇਵੇਂ ਕਰਦੇ ਨੇ ਜਦੋਂ ਕੋਈ ਫੰਕਸ਼ਨ ਹੁੰਦਾ ਕੋਈ ਚੀਜ਼ ਸਪੀਕਰ ਲਾ ਦਿੰਦਾ, ਉਹ ਸਪੀਕਰ ਉਹਨਾਂ ਨੇ ਆਪਣਾ ਜਿਹੜਾ ਪੀ ਏ ਸੀ ਡਰਾਈਵਰ ਸੀ ਉਹਨੂੰ ਸੱਦਿਆ ਕੋਲ ਕਹਿੰਦੇ ਰਣਜੀਤ ਸਿੰਘ ਜਾ ਕੇ ਮੇਰੇ ਵੱਲੋਂ ਬੇਨਤੀ ਕਰਦੇ ਵੀ ਇਹ ਸਾਨੂੰ ਘਾਟਾ ਖਸਾਣਾ ਦੇ ਦਿਓ ਫਿਰ ਲਾ ਦਿਓ। ਜਾ ਕੇ ਉਹਨੇ ਜਿਹੜਾ ਪੀ ਏ ਸੀ ਡਰਾਈਵਰ ਸੀ ਉਹਨੇ ਜਾ ਕੇ ਬੇਨਤੀ ਕੀਤੀ ਵੀ ਸੰਤ ਤੇ ਬੈਠ ਕੇ ਉਹਨੇ ਆਇਆ ਉਹਨਾਂ ਨੇ ਘਾਟਾ ਤੁਹਾਨੂੰ ਮੰਗਿਆ ਵੀ ਸਾਨੂੰ ਬੇਨਤੀ ਕੀਤੀ ਹੈ ਵੀ ਸਪੀਕਰ ਨਾ ਆਇਆ। ਉਹਨਾਂ ਨੇ ਸਪੀਕਰ ਉਸ ਵੇਲੇ ਤਾਂ ਬੰਦ ਕਰਤਾ, ਉਦੋਂ ਮਗਰੋਂ ਮੁੜ ਕੇ ਸਪੀਕਰ ਲਾਇਆ ਹੀ ਸਾਡਾ ਲੜਾਈ ਹੋ ਗਿਆ, ਮੁੜ ਕੇ ਜੁੜ ਕੇ ਸਪੀਕਰ ਲੱਗਿਆ ਹੀ ਨਹੀਂ ਹੈ, ਇੰਨਾ ਪ੍ਰਤਾਪ ਉਹਨਾਂ ਦੇ ਜੀਵਨ ਦੇ ਵਿੱਚ। ਤੇ ਸ਼ਿਆਲੇ ਦੇ ਵਿੱਚ ਕਥਾ ਸੁਣਨ ਵੇਲੇ ਉਹਨਾਂ ਦੀ ਇੰਨੀ ਦੁਨੀਆਂ ਜਾਂਦੀ ਹੁੰਦੀ ਸੀ ਗੁਰਦੁਆਰਾ ਦੁਖ ਨਿਵਾਰਨ ਦੇ ਵਿੱਚ, ਜਿਹਦਾ ਅੰਤ ਹੋਈ ਸੀ ਜਿਹੜਾ ਮਰਜ਼ੀ ਸਵਾਲ ਪੁੱਛ ਲਏ ਜਵਾਬ ਕੇ ਹਰੇਕ ਨੂੰ ਜਵਾਬ ਦਿੰਦੇ, ਹਰੇਕ ਨੂੰ ਹਰੇਕ ਕਿਸਮ ਦਾ ਜਵਾਬ ਮਿਲ ਜਾਂਦਾ। ਤੇ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੇ ਵਿੱਚ ਮਿਲਣ ਦਾ ਕਈ ਵਾਰੀ ਉਹਨਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਤੇ ਉੱਥੇ ਇੰਨੇ ਲੋਕ ਦਰਸ਼ਨ ਕਰਨ ਆਉਂਦੇ ਸਨ ਜਿਹਨਾਂ ਦੇ ਵਿੱਚੋਂ ਤੁਸੀਂ ਕਦੇ ਸੁਣਿਆ ਨਹੀਂ ਹੋਣਾ ਵੀ ਇਹੋ ਜਿਹੇ ਪਾਸੇ ਹੁੰਦੇ ਸਨ। ਆਪਾਂ ਤਾਂ ਦੇਖਦੇ ਹਾਂ ਉਹਨਾਂ ਦਾ ਜਿਹੜਾ ਪੋਲੀਟੀਕਲੀ ਉਹਨਾਂ ਦੇ ਵਿਚਾਰ ਦਿੱਤੇ ਹੁੰਦੇ ਨੇ, ਜਿਹੜੇ ਆਪਾਂ ਕਹਿ ਦਿੰਦੇ ਹਾਂ ਪੋਲੀਟੀਕਲੀ, ਪਰ ਉਹਨਾਂ ਦੇ ਵਿਚਾਰ ਨੇ ਜਿਹੜੇ ਉਹ ਸਦਾ ਹੀ ਧਰਮ ਨਾਲ ਜੁੜੇ ਹੋਏ, ਸਦਾ ਹੀ ਸੁਚੇਤ ਵਿਚਾਰ ਹੁੰਦੇ ਸਨ। ਇਹੋ ਜਿਹੇ ਲੋਕ ਆਉਂਦੇ ਸਨ ਉਹਨਾਂ ਦੇ ਕੋਲ, ਧਰਮ ਵਾਲਾ ਪੱਖ ਐਸਾ ਸੀ ਅਤੇ ਸਾਡੇ ਬੈਠਿਆਂ ਬੈਠਿਆਂ ਇੱਕ ਬੀਬੀ ਆਈ ਅਤੇ ਉਹ ਕਹਿੰਦੇ ਉਹ ਕਹਿੰਦੇ ਜੀ ਮੈਨੂੰ ਡਰ ਲੱਗਦਾ ਰਾਤ ਨੂੰ, ਕਹਿੰਦੇ ਡਰ ਕਾਹਦੇ ਲੱਗਦਾ ਅੰਮ੍ਰਿਤ ਛੱਕਿਆ ਹੋਇਆ, ਕਹਿੰਦੀ ਜੀ ਅੰਮ੍ਰਿਤ ਦਾ ਛੱਕਿਆ, ਕਹਿੰਦੇ ਕਿਰਪਾਨ ਕੇ ਫਿਰਦੇ ਜੀ, ਅਤੇ ਬੀਬੀ ਕਹਿੰਦੇ ਵੀ ਸਹੁੰ ਗੀਰਦੀ, ਕਹਿੰਦੀ ਅਜੇ ਟੰਕ ਕੇ ਆਈ, ਅਜੇ ਕੀਲੇ 'ਤੇ ਟੰਕ ਕੇ ਆਈ ਹੈ ਭੁੱਲ ਗਈ, ਕਹਿੰਦੇ ਦੱਸੋ ਫਿਰ ਤੁਹਾਨੂੰ ਡਰ ਨਹੀਂ ਲੱਗੂ ਤਾਂ ਹੋਰ ਕੀ ਹੋਊਗਾ, ਜਿਹੜੀ ਮਰਿਆਦਾ ਹੈ ਮਰਿਆਦਾ 'ਤੇ ਤੁਸੀਂ ਉਹ ਖਿੱਲੀ ਉਡਾਉਂਦੇ ਹੋ ਅਤੇ ਤੁਹਾਡੀ ਬਦਤਵਾ ਹੈ ਉਹ ਕਿਵੇਂ ਕਰੇਗਾ। ਫਿਰ ਇੱਕ ਸਿੰਘ ਕਹਿਣ ਲੱਗਿਆ ਜੀ ਜਦੋਂ ਅਸੀਂ ਬਾਹਰ ਜਾਂਦੇ ਹਾਂ ਵਿਦੇਸ਼ਾਂ 'ਚ ਜਾਂਦੇ ਹਾਂ ਤਾਂ ਕਿਰਪਾਨ ਹੈ ਜਿਹੜੀ ਕਿਰਪਾਨ ਪਾ ਲਈ ਅਤੇ ਜਿਹੜੇ ਸਿਕਿਉਰਿਟੀ ਵਾਲੇ ਨੂੰ ਲਹਾ ਦਿੰਦੇ, ਕਹਿੰਦੇ ਹੁਣ ਮੈਂ ਤੁਹਾਨੂੰ ਕੀ ਕਹਾਂ ਵੀ ਤੁਹਾਡੀ ਕਾਕਰੇ 'ਤੇ ਪਹਿਲਾਂ ਹੀ ਹੱਥ ਪਾਇਆ ਉਹਨਾਂ ਲਵਾਉਣ ਦੇ ਲਈ ਵੀ ਤੁਸੀਂ ਕੀ ਤੁਸੀਂ ਤੁਹਾਨੂੰ ਕੀ ਕਹਾਂ। ਉਹਨਾਂ ਨੇ ਗੱਲ ਸੁਣਾਈ ਸ਼੍ਰੀ ਮਾਨ ਸੰਤ ਬਾਬਾ ਕਰਤਾਰ ਸਿੰਘ ਉਹਨਾਂ ਦੀ, ਕਹਿੰਦੇ ਬੰਬੇ ਤੋਂ ਜਹਾਜ਼ ਚੜ੍ਹਨ ਲੱਗੇ ਅਤੇ ਸਿਕਿਉਰਿਟੀ ਵਾਲਿਆਂ ਨੇ ਸਾਰਾ ਜੱਥਾ ਰੋਕ ਲਿਆ, ਕਹਿੰਦੇ ਤੁਹਾਡੇ ਸ਼ਸਤਰ ਪਾਏ ਹੋਏ ਨੇ ਤੁਸੀਂ ਜਹਾਜ਼ ਨਹੀਂ ਚੜ੍ਹ ਸਕਦੇ, ਕਹਿੰਦੇ ਕਿਉਂ, ਕਹਿੰਦੇ ਸਿਕਿਉਰਿਟੀ ਆਇਆ ਉਹ ਬਹੁਤ ਦਿੰਦੀ ਇਜਾਜ਼ਤ ਨਹੀਂ ਦਿੰਦੀ ਵੀ ਇਸ ਤਰ੍ਹਾਂ ਸਿਕਿਉਰਿਟੀ ਦਾ ਕੰਮ ਕਰਨ ਮਹਾਰਾਜ ਤੁਸੀਂ ਜਹਾਜ਼ ਸ਼ਸਤਰ ਲੈ ਕੇ ਜਾ ਨਹੀਂ ਸਕਦੇ। ਅਤੇ ਸੰਤ ਕਹਿੰਦੇ ਜਹਾਜ਼ ਸਾਡਾ ਮੁਲਕ ਸਾਡਾ, ਅਸੀਂ ਇਸ ਮੁਲਕ ਦੇ ਸਿਟੀਜ਼ਨ ਨੂੰ ਤੁਸੀਂ ਖੁੰਨੇ ਕੌਣ ਸਨ ਰੋਕਣ ਵਾਲੇ, ਕਹਿੰਦੇ ਸਾਡੀ ਡਿਊਟੀ ਹੈ। ਅਤੇ ਸੰਤਾਂ ਦੇ ਵੱਡੀ ਸ੍ਰੀ ਸਾਹਿਬ ਆਏ ਸੀ ਸੰਤ ਕਰਤਾਰ ਸਿੰਘ ਦੇ ਮੁੰਡੋਂ ਮੈਂ ਗੱਲ ਸੁਣੀ, ਵੱਡੀ ਸ੍ਰੀ ਸਾਹਿਬ ਆਏ ਹੋਏ ਸੀ ਕੱਢ ਲਈ ਸ੍ਰੀ ਸਾਹਿਬ ਮਿਆਨ ਤੋਂ ਬਾਹਰ ਅਤੇ ਜਹਾਜ਼ ਦੇ ਮੂਹਰੇ ਜਾ ਕੇ ਖੜ੍ਹ, ਕਹਿੰਦੇ ਮੈਂ ਤੁਹਾਡਾ ਜਹਾਜ਼ ਮੂਹਰੇ ਖੜ੍ਹ, ਬੜਾ ਜਹਾਜ਼ ਦਿੱਲੀ ਤੱਕ ਟੈਲੀਫੋਨ ਪਹੁੰਚ ਕੇ ਕੋਈ ਸਾਧ ਹੈ ਉਹ ਜਹਾਜ਼ ਨੂੰ ਉੱਡਣ ਨਹੀਂ ਦਿੰਦਾ, ਪਤਾ ਕਰੋ ਕਹਿੰਦੇ ਕੌਣ, ਕਹਿੰਦੇ ਦਰਜੀ ਗੁਰੂ ਸਾਹਿਬ ਦਾ ਮੁਖੀ ਹੈ, ਕਹਿੰਦੇ ਸਾਰੇ ਸ਼ਟਰਾਂ ਸਮੇਤ ਸਾਰੇ ਸਿੰਘਾਂ ਨੂੰ ਜਹਾਜ਼ ਉੱਤੇ ਦਿੱਲੀ ਜਾ, ਸਾਰੇ ਸਿੰਘ ਸ਼ਟਰਾਂ ਦੇ ਸਮੇਤ ਜਹਾਜ਼ ਬੈਠ ਕੇ ਪਹੁੰਚੇ, ਇਹ ਨਿਰਭੈਤਾ ਹੈ, ਇਹ ਨਿਰਭੈਤਾ ਹੈ। ਅਸੀਂ ਕੋਲ ਬੈਠੇ ਅਤੇ ਸਰਬੰਸ
ਕੀਤਾ ਰਿਸ਼ਵੰਤ ਸਿੰਘ ਐਕਸਟਰਨਲ ਮਿਨਿਸਟਰ ਅਤੇ ਕਈ ਬੰਦੇ ਸਨ ਜਿਹੜੇ ਬਹੁਤ ਸੂਰ ਕੱਢਣ ਜਾਂਦੇ ਸਨ, ਗੱਲਾਂ ਪੁੱਛਣ ਜਾਂਦੇ ਸਨ ਵੀ ਕੀ ਸੰਤ ਕਰਦੇ ਨੇ, ਕੀ ਇਹਨਾਂ ਦੇ ਮਨ ਦੇ ਵਿੱਚ ਹੈ। ਸਵੰਤ ਸਿੰਘ ਦੇ ਮਨ ਦੇ ਵਿੱਚ ਇੱਕ ਵਾਰ ਭਰਮ ਪੈ ਗਿਆ ਵੀ ਇੰਦਰਾ ਗਾਂਧੀ ਲਾਹ ਦਿੱਤੀ ਗਈ ਹੈ ਅਤੇ ਸ਼ਾਇਦ ਜਿਹੜਾ ਪ੍ਰਾਈਮ ਮਿਨਿਸਟਰਸ਼ਿਪ ਦਾ ਚਾਂਸ ਬਣ ਜਾਵੇ, ਸੋ ਇਹ ਥੋੜ੍ਹਾ ਜਿਹਾ ਤਿਲ ਭੱਜ ਕਰਨ ਲੱਗ ਗਿਆ ਅਤੇ ਪਰ ਗੱਲ ਬਣੀ ਨਾ। ਇਹ ਸੰਤ ਜਰਨੈਲ ਸਿੰਘ ਉਹਨਾਂ ਦੇ ਕੋਲ ਆ ਗਿਆ, ਸੰਤਾਂ ਨੂੰ ਪਤਾ ਸੀ ਜੀ ਕਿਹਦੇ ਸਿੱਖਦਾ, ਕਹਿੰਦੇ ਆਓ ਜੀ ਤੁਸੀਂ ਕਿਵੇਂ ਆਏ, ਕਹਿੰਦੇ ਜੀ ਮੈਂ ਦਰਸ਼ਨ ਕਰਨ ਆਇਆ, ਕਹਿੰਦੇ ਕਿਵੇਂ ਦਰਸ਼ਨ ਕਰਨ ਆਇਆ, ਕਹਿੰਦੇ ਜੀ ਤੁਸੀਂ ਸੰਤ ਸਰੂਪ, ਕਹਿੰਦੇ ਤੁਸੀਂ ਮੈਨੂੰ ਸੰਤ ਮੰਨਦੇ ਹੋ, ਜਿਹੜੀ ਸਰਕਾਰ ਦੇ ਵਿੱਚ ਤੁਹਾਨੂੰ ਰਹਿਣਾ ਉਹ ਤਾਂ ਮੈਨੂੰ ਡਾਕੂ ਮੰਨਦੇ ਨੇ, ਅੱਤਵਾਦੀ ਕਹਿੰਦੇ ਨੇ, ਮੈਂ ਸੰਤ ਸਰੂਪ ਕਿਵੇਂ ਆਇਆ, ਕਹਿੰਦਾ ਦੱਸ ਕਿਵੇਂ ਆਇਆ ਕਿਵੇਂ, ਸਮਝੌਤਾ ਕਰਾਉਣਾ ਹੈ ਕਿਵੇਂ ਕਰਾਉਣਾ ਹੈ, ਕਹਿੰਦਾ ਜੀ ਮੈਂ ਸਿੱਖ ਰੂਪ ਸਿੱਖ ਸਰੂਪ ਦੇ ਵਿੱਚ ਆਇਆ, ਸਿੱਖੀ ਦੇ ਰਾਤੇ ਆਇਆ, ਕਹਿੰਦੇ ਤੂੰ ਸਿੱਖ ਸਮਝਦਾ ਆਪਣੇ ਆਪ ਨੂੰ, ਕਹਿੰਦਾ ਹਾਂਜੀ, ਕਹਿੰਦੇ ਉਹ ਦੱਸ ਚੰਦੋ ਕਲਾਂ ਦੇ ਵਿੱਚ ਮਹਾਰਾਜ ਦਾ ਸਰੂਪ ਸਾੜਿਆ, ਮਹਾਰਾਜ ਦੀਆਂ ਪੋਥੀਆਂ ਸਾੜੀਆਂ ਨੇ, ਨਿਰਦੋਸ਼ ਸਿੰਘ ਮਾਰੇ ਗਏ, ਤੂੰ ਸੈਂਟਰ ਦਾ ਮਿਨਿਸਟਰ ਰਿਹਾ, ਪੜ੍ਹਿਆ ਲਿਖਿਆ ਵਕੀਲ ਹੈ, ਅਤੇ ਬੈਂਕ ਵਿੱਚ ਲੱਭ ਬੋਲਿਆ ਦੇਖੋ ਨਿਰਭੈਤਾ ਦੇਖੋ ਕੈਸੀ ਹੈ, ਦਲੀਲ ਦੇਖੋ ਉਸ ਮਹਾਂਪੁਰਖ ਦੀ ਕੈਸੀ, ਕਹਿੰਦਾ ਜੀ ਬੋਲਿਆ ਕੋਈ ਗੱਲ ਸੋਚ, ਕਹਿੰਦੇ ਕਹਿੰਦੇ ਕਿਉਂ, ਕਹਿੰਦਾ ਜੀ ਉਸ ਵੇਲੇ ਧੌਲ ਹੋ ਗਈ, ਕਹਿੰਦਾ ਚੰਗਾ ਉਸ ਵੇਲੇ ਤਾਂ ਧੌਲ ਹੋ ਗਈ, ਇੱਥੇ ਹੁਣ ਜਰਨਲਿਸਟ ਹੁਣ ਸੱਦ ਲੈਂਦੇ ਹੁਣ ਬੋਲਦੇ, ਕਹਿੰਦੇ ਸਵਾਲ ਸਿੰਘ ਕਹਿਣ ਲੱਗਾ ਜੀ ਇਹ ਮੇਰੀ ਮਜ਼ਬੂਰੀ ਹੈ, ਇਹ ਮੇਰੀ ਮਜ਼ਬੂਰੀ ਹੈ, ਮਜ਼ਬੂਰੀ ਨਹੀਂ, ਕਹਿੰਦੇ ਮੈਂ ਚਪਲੀਆਂ ਚੱਟਣੀਆਂ ਨੇ ਜਾ ਕੇ ਲੀਡਰਾਂ ਦੇ ਜਾ, ਉਹ ਚੱਟ ਕਹਿੰਦੇ ਮੇਰੇ ਕੋਲ ਆਉਣ ਦੀ ਲੋੜ, ਮੇਰੇ ਕੋਲ ਆਉਣ ਦੀ ਲੋੜ ਨਹੀਂ, ਤੁਹਾਡੀ ਚੱਪੜੀਆਂ ਚੱਟਣ ਦੀ ਆਦਤ ਪਈ, ਕਿੱਡੇ ਵੱਡੇ ਲੀਡਰ ਨੂੰ ਐਂ ਨਿਰਤਾਇਆ ਹੋਵੇ ਗੱਲ ਕਹਿ ਦੇਣੀ, ਇਹ ਉਹਨਾਂ ਦੇ ਵਿੱਚ ਪਿਆ। ਫਿਰ ਜਰਨੈਲ ਆਇਆ ਸੂਹ ਕੱਢਣ ਦੇ ਲਈ, ਇੱਕ ਜਰਨੈਲ ਆਇਆ ਆ ਕੇ ਕਹਿਣ ਲੱਗਿਆ ਕਹਿੰਦਾ ਜੀ ਮੈਨੂੰ ਤੁਸੀਂ ਜਿੰਨੇ ਵੀ ਤੁਹਾਡੇ ਸਿੰਘ ਨੇ ਉਹ ਦੱਸ ਦਿਓ ਅਤੇ ਮੈਨੂੰ ਹਥਿਆਰ ਦੱਸ ਦਿਓ ਤੁਹਾਡੇ ਕੋਲ ਕਿਹੜੇ ਕਿਹੜੇ ਨੇ, ਅਤੇ ਕਹਿੰਦਾ ਮੈਨੂੰ ਬੜੀ ਸੋਹਣੀ ਪਲੈਨ ਦੱਸੂਗਾ ਵੀ ਕਿਵੇਂ ਇੱਥੇ ਪਲੈਨ ਕਰਕੇ ਲੜਨਾ, ਅਤੇ ਸਭ ਦੇ ਨੈਲ ਸਿੰਘ ਹੱਸ ਪਏ, ਕਹਿੰਦੇ ਮੈਂ ਕਹਾਂ ਜੀ ਅਨਪੜ੍ਹ ਹੁੰਦਾ, ਪੰਜ ਜਮਾਤਾਂ ਪੜ੍ਹਿਆ ਹੋਇਆ, ਮੈਨੂੰ ਨਾ ਅੰਗਰੇਜ਼ੀ ਆਉਂਦੀ ਹੈ, ਨਾ ਮੈਂ ਮਿਲਟਰੀ ਦਾ ਜਰਨੈਲ ਹੈ, ਬਾਣੀ ਦਾ ਮੈਂ ਪਾਠ ਕਰਦਾ ਹੁੰਦਾ, ਅਤੇ ਤੁਹਾਨੂੰ ਮੈਂ ਬੇਨਤੀ ਕਰਦਾ ਜਰਨੈਲ ਸਾਹਿਬ ਤੁਸੀਂ ਵੀ ਜਪਜੀ ਸਾਹਿਬ ਦਾ ਪਾਠ ਕਰਿਆ ਕਰੋ, ਰਾਜੀ ਕਰਿਆ ਕਰੋ, ਕਹਿੰਦੇ ਭਲਾ ਕਰੋ, ਬਸ ਇੰਨੀ ਗੱਲ ਕਰੀ, ਜਰਨੈਲ ਸਿਰ ਕਰਕੇ ਸ਼ਰਮਿੰਦਾ ਹੋ ਗਿਆ। ਇਹੋ ਜਿਹੀ ਸ਼ਖਸੀਅਤ ਦੇ ਉਹ ਮਾਲਕ ਸਨ, ਇਹੋ ਜਿਹੀ ਸ਼ਖਸੀਅਤ ਦੇ ਮਾਲਕ ਹੋਣ ਕਰਕੇ ਜਿਹੜੀ ਗੱਲ ਕਹਿਣੀ ਸੀ ਉਹ ਨਿਰਭੈ ਹੋ ਕੇ ਕਹਿੰਦੇ। ਸੋ ਸਤਿਗੁਰੂ ਦੇ ਅਨਿੰਨ ਸਿੱਖ ਜਿਹਨਾਂ ਨੂੰ ਆਪਾਂ ਕਹਿੰਦੇ ਹਾਂ, ਸਾਰੇ ਜੀਵਨ ਦੇ ਵਿੱਚ ਉਸ ਮਹਾਂਪੁਰਖ ਨੇ ਸਾਰੇ ਜੀਵਨ ਦੇ ਵਿੱਚ ਜਿਹੜਾ ਵਚਨ ਕਹਿ ਦਿੱਤਾ ਉਸ ਵਚਨ ਨੂੰ ਕਮਾਇਆ, ਉਸ ਵਚਨ ਤੋਂ ਪਿੱਛੇ ਅਤੇ ਟਕਸਾਲ ਦੇ ਮੁਖੀ ਹੋਣ ਦੇ ਨਾਤੇ ਉਹਨਾਂ ਦਾ ਜੀਵਨ ਏਡਾ ਉੱਚਾ ਕਿ ਸਾਰਾ ਜੀਵਨ ਟਕਸਾਲ ਨੂੰ ਸਮਰਪਿਤ। ਅੱਜ ਦੇ ਲੀਡਰ ਹਨ ਜਿਹੜੇ ਕਹਿਣ ਲੱਗਿਆ ਡਰ ਆਉਣ ਲੱਗ ਜਾਂਦਾ ਹੈ ਕਿ ਜਿਹੜੇ ਲੀਡਰ ਦੀ ਜਿਹੜਾ ਲੀਡਰ ਬਣ ਜਾਵੇ ਉਹਦੀ ਜ਼ਮੀਨ ਜਾਇਦਾਦ ਦੇਖੋ ਜਿਹੜੇ ਵੇਲੇ ਬਣਦਾ ਉਸ ਵੇਲੇ ਕਿੰਨੀ ਹੈ, ਬਣਨ ਤੋਂ ਬਾਅਦ ਉਹਦੀ 100 ਗੁਣਾ ਵਾਧਾ ਹੋ ਜਾਂਦਾ ਜ਼ਮੀਨ ਦੇ ਵਿੱਚ। ਪਰ ਇਹ ਮਹਾਂਪੁਰਖ ਦੇਖੋ
ਬਾਹਰਲੇ ਪਾਸਿਓਂ ਜਿੰਨੇ ਲੋਕ ਸਨ, ਜਿੰਨੇ ਜਰਨਲਿਸਟ ਬਾਹਰੋਂ ਜਾਂਦੇ ਸਨ, ਉਹ ਕਹਿੰਦੇ ਵੀ ਏਡਾ ਵੱਡਾ ਲੀਡਰ, ਏਡਾ ਵੱਡਾ ਮਹਾਂਪੁਰਖ, ਏਡੀ ਵੱਡੀ ਟਕਸਾਲ ਦਾ ਮੁਖੀ ਹੈ, ਅਤੇ ਇਹ ਬੜੇ ਵੱਡੇ ਦਫ਼ਤਰ ਦੇ ਵਿੱਚ ਰਹਿੰਦਾ। ਇੱਥੇ ਰਣਜੀਤ ਸਿੰਘ ਸਰੋਜਰਾ ਆਪਣੇ ਗ੍ਰੰਥੀ ਸਾਹਿਬ ਜਿਹੜੇ ਨੇ ਉਹ ਉਹਨਾਂ ਦੇ ਵੇਲੇ ਰਹੇ। ਕਹਿੰਦੇ ਮੇਰੀ ਡਿਊਟੀ ਲਾਈ, ਕਹਿੰਦੇ ਜਾ ਰਿਹਾ ਰਣਜੀਤ ਸਿੰਘ ਦਫ਼ਤਰ ਦਿਖਾ ਕੇ ਲਿਆ। ਦਫ਼ਤਰ ਚਲੇ ਗਏ, ਥੱਲੇ ਗੋਲੀਆਂ ਵਿਛਾਈਆਂ, ਥੱਲੇ ਚਾਦਰ ਵਿਛਾਈ, ਉੱਥੇ ਸੱਤ ਬੈਠੇ। ਅਤੇ ਉਹ ਆਪ ਹੀ ਕਹਿੰਦਾ ਵੀ ਤੂੰ ਏਡਾ ਵੱਡਾ ਲੀਡਰ ਹੈ, ਏਡਾ ਵੱਡਾ ਨਾਂ ਤੇਰਾ ਦੁਨੀਆ 'ਚ, ਆਹ ਇੰਨਾ ਕੁ ਦਫ਼ਤਰ ਛੋਟਾ ਜਿਹਾ ਗੋਲੀਆਂ ਇੱਥੇ ਵਿਛਾਈਆਂ, ਕੋਈ ਫਰਨੀਚਰ ਵਗੈਰਾ ਕੁਝ ਨਹੀਂ ਹੈ। ਅਤੇ ਸੱਤ ਕਹਿਣ ਲੱਗੇ ਜਿਹੜੀ ਰੈਵੋਲਿਊਸ਼ਨ ਆਉਂਦੀ ਹੁੰਦੀ ਆ ਨਾ, ਵੱਡੇ ਵੱਡੇ ਦਫ਼ਤਰਾਂ 'ਚ ਹੁੰਦੀਆਂ, ਉਹ ਝੁੱਗੀਆਂ ਦੇ ਵਿੱਚੋਂ ਛੋਲੇ ਖਾਣ ਵਾਲੇ, ਟੁੱਟੇ ਹੋਏ ਭਾਂਡਿਆਂ ਵਿੱਚ ਪਾਣੀ ਪੀਣ ਵਾਲੇ, ਉਹਨਾਂ ਥਾਵਾਂ ਤੋਂ ਰੈਵੋਲਿਊਸ਼ਨ ਉੱਠ ਕੇ ਉਹ ਅੱਗ ਹੈ ਜਿਹੜੀ ਉਹ ਦੁਨੀਆਂ ਨੂੰ ਸਾੜਦੀ, ਜੁਰਮ ਨੂੰ ਸਾੜਦੀ। ਫਿਰ ਦੇਖੋ ਭਾਈ ਅਮਰੀਕ ਸਿੰਘ ਨੂੰ ਕਹਿਣ ਲੱਗੇ ਤੇ ਬੀਬੀ ਪ੍ਰੀਤਮ ਕੌਰ ਉਹਨਾਂ ਦੇ ਘਰੋਂ ਸੀ, ਉਹਨੂੰ ਕਹਿਣ ਲੱਗੇ ਕਿ ਜਾਓ ਜੇ ਤੁਸੀਂ ਆਗਿਆ ਦੇਵੋ ਵੀ ਟਕਸਾਲ ਦੀ ਜਿਹੜੀ ਜੀਪ ਹੈ ਉਸ ਜੀਪ ਦੇ ਵਿੱਚ ਬੀਬੀ ਪ੍ਰੀਤਮ ਕੌਰ ਨੂੰ ਘਰੋਂ ਲਿਆਈਏ। ਕਹਿਣ ਲੱਗੇ ਅਮਰੀਕ ਸਿੰਘ ਇਹਨਾਂ ਦੇ ਘਰ ਦੇ ਵਿੱਚ ਬਥੇਰਾ ਪੈਸਾ, ਇਹ ਟਕਸਾਲ ਦੀ ਜੀਪ ਹੈ, ਟਕਸਾਲ ਦਾ ਤੇਲ ਹੈ, ਮੈਂ ਜ਼ਿੰਮੇਵਾਰ ਹਾਂ ਟਕਸਾਲ ਦੇ ਲਈ, ਇੱਕ ਵੀ ਧੇਲਾ ਮੈਂ ਆਪਣੇ ਘਰ ਖਾਤਾ ਨਹੀਂ ਖਰਚ ਸਕਦਾ, ਜੇ ਜਾਣਾ ਉਹ ਆਪਣੇ ਖਰਚੇ 'ਤੇ ਆ ਲੈ ਜੀ। ਭਾਈ ਅਮਰੀਕ ਸਿੰਘ ਕਹਿਣ ਲੱਗੇ ਮਹਾਂਪੁਰ ਭਾਈ ਨੂੰ ਕਰ ਦਿੰਦੇ, ਕਹਿੰਦੇ ਨਾ ਮੈਂ ਦੇਣਦਾਰ ਹਾਂ ਟਕਸਾਲ, ਐਸਾ ਜੀਵਨ ਹੈ ਸਾਧ ਸੰਗਤ, ਤੁਸੀਂ ਆਪਣੇ ਲੀਡਰਾਂ ਦਾ ਹਾਲ ਦੇਖ ਲਓ, ਇਹ ਐਸੀ ਅਵਸਥਾ ਦੇ ਵਿੱਚ ਪਹੁੰਚ ਕੇ ਇੰਨੀ ਸੱਚੇ ਸੁੱਚੇ ਜੀਵਨ ਦੇ ਵਿੱਚ ਰਹਿਣਾ, ਇੰਨੀ ਨਿਰਭੈ ਹੋ ਕੇ ਗੱਲ ਕਰਨੀ, ਜੇ ਉਹਨਾਂ ਨੇ ਐਸਾ ਕਰਮ ਕੀਤਾ ਅੱਜ ਸਾਰਾ ਸਮਾਜ ਹੈ ਜਿਹੜੇ ਸਿੱਖ ਨੌਜਵਾਨ ਜਿਹੜੇ ਉਹਨਾਂ ਤੋਂ ਬਾਅਦ ਵੀ ਜੰਮੇ ਨੇ ਨਾ, ਉਹਨਾਂ ਦੀ ਕੋਈ ਸਪੀਚ ਸੁਣ ਲੈਣ, ਕੋਈ ਉਹਨਾਂ ਦਾ ਵਚਨ ਸੁਣ ਲੈਣ, ਸਾਰਾ ਜੀਵਨ ਬਦਲ ਜਾਂਦਾ। ਸਾਡੇ ਵੀ ਬੱਚੇ ਨੇ ਜਿਹੜੇ ਬੱਚੇ ਸੰਤ ਜਰਨੈਲ ਸਿੰਘ ਦੀ ਫੋਟੋ ਦੇਖਦੇ ਨੇ, ਉਹਨਾਂ ਦਾ ਜੀਵਨ ਦੇਖਦੇ ਨੇ, ਸੁਣਦੇ ਨੇ, ਪੜ੍ਹਦੇ ਨੇ, ਸਾਤੋਂ ਸੁਣਦੇ ਨੇ, ਉਹ ਉਦਾਹਰਣ ਦੇਣਗੇ ਉਹਨਾਂ ਦੀ ਵੀ ਇਹ ਮਹਾਂਪੁਰਖ ਨੇ ਐਸੇ ਕੰਮ ਕੀਤੇ। ਸੋ ਇਹ ਮੁੱਢ ਤੋਂ ਹੀ ਇਹ ਰੀਤ ਚੱਲੀ ਹੈ, ਜਿਹੜੀ ਹਕੂਮਤ ਹੈ ਨਾ, ਹਕੂਮਤ ਕਦੇ ਨਹੀਂ ਇਹ ਚਾਹੁੰਦੀ ਵੀ ਸੱਚ ਬੋਲਣ ਵਾਲਾ ਬੰਦਾ ਦੁਨੀਆਂ ਦੇ ਵਿੱਚ ਲੀਡਰ ਬਣਦੇ। ਸਚਿਆਰ ਪੁਰਖ ਨੂੰ ਹਮੇਸ਼ਾ ਦਬਾ ਕੇ ਰੱਖਣ ਦੀ ਕੋਸ਼ਿਸ਼ ਕਰਦੀ ਹੈ, ਪਰ ਸਚਿਆਰਿਆਂ ਦੇ ਬੜੀ ਮਦਦ ਹੁੰਦੀ ਹੈ। ਮੈਂ ਜੀਸਸ ਕ੍ਰਾਈਸਟ ਦਾ, ਹਜ਼ਰਤ ਈਸਾ ਜੀ ਦਾ ਜੀਵਨ ਪੜ੍ਹਿਆ ਸੀ, ਜਦੋਂ ਉਹਨਾਂ ਨੂੰ ਫਾਂਸੀ ਦੇਣ ਕਰੂਸੀਫਾਈ ਕਰਨ ਲੱਗੇ ਨੇ ਨਾ, ਫੜ ਲਿਆ ਗਿਆ, ਪੜ੍ਹ ਕੇ ਪੇਸ਼ ਕੀਤਾ ਗਿਆ, ਅਤੇ ਜਿਹੜਾ ਗਵਰਨਰ ਸੀ, ਗਵਰਨਰ ਕਹਿੰਦਾ ਇਹਦਾ ਦੋਸ਼ ਕੋਈ ਨਹੀਂ ਹੈ, ਕੋਈ ਦੋਸ਼ ਨਹੀਂ, ਮੈਂ ਇਸ ਬੰਦੇ ਨੂੰ ਕਿਵੇਂ ਮਾਰਨ ਦੀ ਆਗਿਆ ਦੇ ਦਵਾਂ। ਜਿੰਨੀ ਭੀੜ ਸੀ ਉਹਨਾਂ ਦੇ ਦੁਆਲੇ ਇਕੱਠੀ ਹੋਈ, ਸਾਰੇ ਖਰੀਦੇ ਹੋਏ ਸੀ ਉਹਨਾਂ ਦੇ ਪੁਲਿਸਾਂ ਦੇ, ਜਿਹੜੇ ਯੂਦੀ ਪੁਲਿਸ ਸਨ, ਉਹਨਾਂ ਸਾਰਿਆਂ ਨੇ ਰੌਲਾ ਪਾਤਾ ਜੀ ਇਹਨੂੰ ਮਾਰ ਦੇ, ਜਿਹੜਾ ਕ੍ਰਿਮੀਨਲ ਸੀ ਉਹਨੂੰ ਛੱਡ ਦਿੱਤਾ। ਫਿਰ ਦੇਖੋ ਲੈ ਕੇ ਗਏ ਕਰੂਸੀਫਾਈ ਕਰਨ ਖਾਤਰ ਉਹਨਾਂ ਨੂੰ, ਅਤੇ ਜਿੱਥੇ ਮਾਰਿਆ ਗਿਆ ਉਸ ਥਾਂ ਦੇ ਉੱਤੇ ਲਿਖਿਆ ਹੈ ਦਿਸ ਇਜ਼ ਦਾ ਕਿੰਗ ਆਫ ਜਿਊਜ਼, ਯਹੂਦੀਆਂ ਦਾ ਕਿੰਗ ਹੈ।
ਤੇ ਨਾਲ ਸਨ ਜਿਹੜੇ ਬੰਦੇ ਜਿਹੜੇ ਨਾਲ ਬੰਦੇ ਸਨ ਇੱਕ ਪਰ ਦੋ ਕ੍ਰਿਮੀਨਲ ਸਨ ਉਹਨਾਂ ਦੇ ਨਾਲ ਮਾਰੇ ਗਏ। ਲੋਕਾਂ ਨੂੰ ਭੁਲੇਖਾ ਪਾਉਣ ਦੇ ਲਈ ਵੀ ਜਿਵੇਂ ਇਹ ਕ੍ਰਿਮੀਨਲ ਨੇ ਨਾ ਪਾਪ ਕਰਨ ਵਾਲੇ ਬੰਦੇ ਕਤਲ ਕਰਨ ਵਾਲੇ ਕਦੋਂ ਦੇ ਕੇਸ ਦੇ ਵਿੱਚ ਸੀ ਦੋਵੇਂ ਜਾਣੇ ਤੇ ਇਵੇਂ ਹਜ਼ਰਤ ਈਸਾ ਇਹ ਵੀ ਕਦੋਂ ਦੇ ਕੇਸ ਇਵੇਂ ਹੀ ਇਹਨੂੰ ਵੀ ਕਰੂਸੀਫਾਈ ਕੀਤਾ ਗਿਆ। ਦੋਵੇਂ ਸਨ ਜਿਹੜੇ ਹੁਣ ਦੇਖੋ ਜਿਹੜਾ ਜਿਹਦੇ ਮਨ ਦੇ ਵਿੱਚ ਭਾਵਨਾ ਹੈ ਨਾ ਸਤੂ ਬਾਣੀ ਦੇ ਵਿੱਚ ਕਹਿੰਦੇ ਜਿਸ ਕੈ ਮਨ ਗੁਰ ਕੀ ਪ੍ਰਤੀਤ ਕਿਸ ਜਨੇ ਆਵੇ ਹਰ ਪ੍ਰਭ ਕੀ। ਜਿਹੜਾ ਗੁਰੂ ਨਾਨਕ ਦੇ ਦਰ ਤੇ ਭਾਵਨਾ ਲੈ ਕੇ ਆਉਂਦਾ ਹੈ ਉਹਦੇ ਹਿਰਦੇ ਅੰਦਰ ਵਾਹਿਗੁਰੂ ਪ੍ਰਗਟ ਹੋ ਜਾਂਦਾ। ਜਿਹਦੇ ਅੰਦਰ ਭਾਵਨਾ ਕੋਈ ਨਹੀਂ ਸਿਰਫ ਕੋਈ ਨਹੀਂ ਉਹ ਖਾਲੀ ਚਲਿਆ ਜਾਂਦਾ। ਹੁਣ ਇਹ ਕਿੱਡੀ ਵੱਡੀ ਉਦਾਹਰਣ ਹੈ ਧਰਮ ਦੇ ਖੇਤਰ ਦੇ ਵਿੱਚ ਕਿ ਇੱਕ ਜਿਹੜਾ ਕ੍ਰਿਮੀਨਲ ਹੈ ਖੱਬੇ ਪਾਸੇ ਹੈ ਉਹ ਹਜ਼ਰਤ ਈਸਾ ਨੂੰ ਗਾਲਾਂ ਕੱਢ ਰਿਹਾ ਜੀ ਬਈ ਤੂੰ ਯਹੂਦੀਆਂ ਦਾ ਰਾਜਾ ਆਪਣੇ ਆਪ ਨੂੰ ਕਹਾਉਣ ਲੱਗਿਆ ਤੇ ਤੂੰ ਆਪਣੇ ਆਪ ਨੂੰ ਬਚਾ ਨਹੀਂ ਸਕਦਾ ਤੂੰ ਹੋਰਾਂ ਨੂੰ ਕਿਵੇਂ ਬਚਾਏਗਾ ਯਹੂਦੀਆਂ ਨੂੰ ਤੂੰ ਕਿਵੇਂ ਬਚਾਏਗਾ ਉਹ ਗਾਲਾਂ ਕੱਢਦਾ ਉੱਚੀ ਉੱਚੀ। ਹਜ਼ਰਤ ਈਸਾ ਚੁੱਪ ਕਰਕੇ ਸੁਣ ਰਹੇ ਚੁੱਪ ਕਰਕੇ ਸੁਣੀ ਜਾ ਰਹੀ। ਜਿਹੜਾ ਦੂਜੇ ਪਾਸੇ ਬੈਠਾ ਉਹਦੇ ਚਿੱਤ ਵਿੱਚ ਸ਼ਰਧਾ ਹੈ ਉਹ ਕਹਿੰਦਾ ਵੀ ਮੈਂ ਤਾਂ ਪਾਪੀ ਹਾਂ। ਦੇਖੋ ਮਹਾਂਪੁਰਖ ਤੇ ਝਾਕਣ ਦੇ ਨਾਲ ਸ਼ਰਧਾ ਬਣਾਉਣ ਦੇ ਨਾਲ ਉਹਦੇ ਦਰਸ਼ਨ ਕਰਨ ਦੇ ਨਾਲ ਅਖੀਰ ਦੇ ਵੇਲੇ ਦਰਸ਼ਨ ਕਰਨ ਦੇ ਨਾਲ ਉਹਦਾ ਕਲਿਆਣ ਕਿਵੇਂ ਹੁੰਦਾ ਉਹ ਹੱਥ ਤਾਂ ਦੋਏ ਬੰਨੇ ਹੋਏ ਨੇ ਉਹ ਹੱਥਾਂ ਦੇ ਵਿੱਚ ਆਪਦਾ ਸਰੀਰ ਦੇ ਵਿੱਚ ਗਿਲ ਕੱਢੇ ਹੋਏ ਨੇ ਲਹੂ ਜੋ ਰਿਹਾ ਦੁਖੀ ਹੋ ਰਹੇ ਤੜਪਦੇ ਨੇ ਉਹ ਕਹਿੰਦਾ ਪੀਸਾ ਕਹਿੰਦਾ ਤੇਰਾ ਪਿੰਡ ਦਾ ਮਨ ਹੈ ਜਿਹੜਾ ਅੱਜ ਉਹਦੇ ਵਿੱਚ ਮੈਨੂੰ ਲੈ ਚੱਲੇਗਾ ਤੂੰ ਉੱਥੇ ਜਾਣਾ ਇੰਨਾ ਦੁੱਖ ਤੂੰ ਸਹਾਰਦਾ ਤੂੰ ਨਿਰਦੋਸ਼ ਹੈ ਮੈਂ ਤਾਂ ਪਾਪੀ ਹੈ ਮੈਨੂੰ ਮਾਰ ਦਿੰਦੇ ਤੈਨੂੰ ਤਾਂ ਦਿਮਾਗ ਨਹੀਂ ਤੂੰ ਇੰਨਾ ਦੁਖੀ ਹੋ ਰਿਹਾ ਸੰਸਾਰ ਖਾਤਰ ਮੇਰੇ ਉੱਤੇ ਕਿਰਪਾ ਕਰੀ ਮੈਨੂੰ ਨਾਲ ਲੈ ਕੇ ਜਾਈ। ਉੱਥੇ ਵਚਨ ਕੀਤਾ ਉਸ ਮਹਾਂਪੁਰਖ ਨੇ ਹਾਂ ਕਹਿਣਾ ਜਦ ਮੈਂ ਗਿਆ ਤੈਨੂੰ ਨਾਲ ਲੈ ਕੇ ਜਾਊਂ ਪਰ ਉਹ ਕਿੰਗਡਮ ਆਫ ਗੋਡ ਜਿਹੜਾ ਉਹਦੇ ਵਿੱਚ ਗਿਆ ਉਹਦਾ ਕਲਿਆਣ ਹੋ ਗਿਆ ਦੂਜੇ ਵਾਲਾ ਨਰਕਾਂ ਦੇ ਵਿੱਚ ਗਿਆ। ਜਿੰਨੇ ਨੇ ਨਾ ਜਿੰਨੇ ਮਹਾਂਪੁਰਖਾਂ ਦੀ ਸੰਗਤ ਕਰਨ ਵਾਲੇ ਉਹਨਾਂ ਦਾ ਉੱਥੇ ਕਲਿਆਣ ਹੋ ਗਿਆ। ਦੇਖੋ ਜਨਮ ਸ਼ਵੇਰ ਸਿਉਂ ਮੈਂ ਇਹਨਾਂ ਦਾ ਜੀਵਨ ਪੜ੍ਹਿਆ ਇਹਨਾਂ ਨੂੰ ਗੌਰਮੈਂਟ ਨੇ ਇੱਕ ਦਿਨ ਪਹਿਲਾਂ 83 ਤੋਂ ਪਹਿਲਾਂ ਇਹਨਾਂ ਦੀ ਰਿਟਾਇਰਮੈਂਟ ਤੋਂ ਪਹਿਲਾਂ ਇਹਨਾਂ 'ਤੇ ਕੇਸ ਬਣਾ ਕੇ ਇਹਨਾਂ ਨੂੰ ਕੋਰਟ ਮਾਰਸ਼ਲ ਕਰਕੇ ਕੱਢ ਦਿੱਤਾ ਪੈਨਸ਼ਨ ਦੇ। ਏਡਾ ਵੱਡਾ ਜਰਨੈਲ ਅਤੇ ਜਿਹੜੀ ਮੁਕਤੀ ਬਾਣੀ ਬੰਗਲਾਦੇਸ਼ ਦੇ ਵਿੱਚ ਬਣਾਈ ਗਈ ਸੀ ਉਹਨੂੰ ਬਣਾਉਣ ਵਾਲਾ ਇਹ ਸੀ ਬੰਗਲਾਦੇਸ਼ ਨੂੰ ਆਜ਼ਾਦ ਕਰਵਾਉਣ ਵਾਲਾ ਜਰਨੈਲ ਜਨਰਲ ਸ਼ਬੀਰ ਸਿੰਘ। ਉਹ ਇਹ ਏਡਾ ਵੱਡਾ ਫਲ ਮਿਲਿਆ ਏਡੀ ਵੱਡਾ ਕੰਮ ਕਰਨ ਤੋਂ ਬਾਅਦ ਫਲ ਇਹ ਮਿਲਿਆ ਕਿ ਉਹਨੂੰ ਰਿਟਾਇਰਮੈਂਟ ਤੋਂ ਬਿਨਾਂ ਹੀ ਫੌਜ ਦੇ ਵਿੱਚ ਕੱਢ ਦਿੱਤਾ ਗਿਆ। ਕਿਉਂ ਕੱਢ ਦਿੱਤਾ ਗਿਆ? ਕਿਉਂਕਿ ਉਹ ਸੰਤ ਜਰਨੈਲ ਸਿੰਘ ਨੂੰ ਮਿਲ ਜਾਂਦੇ ਜਿਹੜੇ ਗੁਰੂ ਕੇ ਦਰਸ਼ਨ ਕਰਨ ਆਉਣਾ ਨਾ ਬਾਣੀ ਪੜ੍ਹਨੀ ਕਿਸੇ ਜਾ ਕੇ ਪੁਰਖ ਦੇ ਦਰਸ਼ਨ ਕਰਨੇ ਇਹ ਬਹੁਤ ਵੱਡੀ ਕੁਰਬਾਨੀ ਹੁੰਦੀ ਹੈ। ਉਹ ਭਲੇ ਪੁਰਖ ਹਨ ਜਿਹੜੇ ਆ ਕੇ ਗੁਰੂ ਨੂੰ ਮੱਥਾ ਟੇਕਦੇ ਹਨ ਅਤੇ ਸੱਚੇ ਦਿਲ ਦੇ ਨਾਲ ਬਾਣੀ ਪੜ੍ਹਦੇ ਹਨ। ਜਦੋਂ ਮੌਕਾ ਮਿਲਦਾ ਜੇ ਸੱਚ ਬੋਲਦਾ ਤਾਂ ਕਲਿਆਣ ਹੋ ਜਾਂਦਾ। ਇਸੇ ਕਰਕੇ ਉਹਨਾਂ ਨੂੰ ਫੌਜ ਦੇ ਵਿੱਚੋਂ ਕੱਢਿਆ ਗਿਆ ਵੀ ਜਰਨੈਲ ਸਿੰਘ ਕੋਲ ਕਿਉਂ ਜਾਂਦਾ। ਜਦੋਂ ਉਹਨਾਂ ਨੂੰ ਉਹਦੇ ਫਿਰ ਸਿੱਖ ਨੂੰ ਬੇਨਤੀ ਕੀਤੀ ਮੈਨੂੰ ਕਿਸੇ ਸਾਧ ਨੂੰ ਮਿਲਾ ਕੇ ਲਿਆ ਕਈ ਸਾਧਾਂ ਦੇ ਕੋਲ ਫਿਰਦਾ ਰਿਹਾ ਕਹਿੰਦਾ ਨਾ ਮੇਰਾ ਚਿੱਤ ਨਹੀਂ ਖੈਰ। ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਵਚਨ ਹੋਇਆ ਹੋਇਆ ਸਾਰਿਆਂ ਨੂੰ ਸੱਚ ਰਤੇ ਸੇ ਟੋਲ ਲਓ ਤੇ ਬਣ ਲੈ ਸੰਸਾਰ। ਜੇ ਬਾਣੀ ਪੜ੍ਹਦੇ ਹੋ
ਪਹਿਲਾਂ ਆਪਣੀ ਆਤਮਾ ਨੂੰ ਸੱਚ ਦੇ ਵਿੱਚ ਰੰਗੋ। ਜਦੋਂ ਸੱਚ ਵਿੱਚ ਰੰਗ ਲਿਆ, ਉਸ ਰੰਗੀ ਹੋਈ ਰੂਹ ਦੇ ਨਾਲ ਰੰਗੇ ਹੋਏ ਮਹਾਂਪੁਰਖਾਂ ਨੂੰ ਸੰਸਾਰ ਵਿੱਚ ਲੱਭ। ਜਦੋਂ ਲੱਭ ਲਏਗਾ ਤੇਰਾ ਜੀਵਨ ਬਦਲੇ, ਨਹੀਂ ਤੈਨੂੰ ਪਤਾ ਨਹੀਂ ਲੱਗਣਾ ਬਹੁਤ ਪਖੰਡ ਹੈ ਦੁਨੀਆਂ ਦੇ ਵਿੱਚ, ਸਾਧ ਲੱਭਣਾ ਬਹੁਤ ਔਖਾ। ਉਹੀ ਲੱਭ ਸਕਦਾ ਜਿਹਦਾ ਆਪ ਜੀਵਨ ਸਾਧੂ ਆਉਂਦਾ। ਤੋ ਜਦੋਂ ਸਮਝ ਰਹਿ ਸਿੰਘ ਦਰਸ਼ਨ ਕੀਤੇ, ਦਰਸ਼ਨ ਕਰਦਿਆਂ ਹੀ ਉਸ ਬੰਦੇ ਕਹਿੰਦੇ ਵੀ ਯਾਦ ਤੂੰ ਜਿੱਥੇ ਮੈਂ ਆਉਂਦਾ ਸੀ ਆ ਗਿਆ। ਅਤੇ ਉਧਰੋਂ ਸਮਝ ਰਹਿ ਸਿੰਘ ਆਵਾਜ਼ ਮਾਰਦੀ, ਜਰਨੈਲ ਸਾਹਿਬ ਤੁਹਾਨੂੰ ਉਡੀਕ ਲਿਆ, ਕਹਿੰਦੇ ਕਿੱਥੇ ਦਰਜਨ ਸੀ। ਸੋ ਉਸਨੇ ਇਹ ਜਿਹੜਾ ਜਨਰਲ ਸ਼ਵੇਕ ਸਿੰਘ ਸੀ, ਇਹ ਭਾਈ ਮਹਿਤਾਬ ਸਿੰਘ ਸੀ ਵੰਸ਼ ਦੇ ਵਿੱਚੋਂ, ਜਿਹਨੇ ਮੱਥੇ ਰੱਖਣ ਦਾ ਸਿਰ ਵੱਢਿਆ, ਉਸ ਗੁਰਮੁਖ ਦੀ ਵੰਸ਼ ਦੇ ਵਿੱਚੋਂ ਇਹ ਵੰਸ਼ ਚੱਲ ਰਿਹਾ। ਤੋ ਉਸ ਵੇਲੇ ਵੀ ਉਹਨਾਂ ਨੇ ਇਹ ਕੰਮ ਕੀਤਾ, ਇਸ ਵੇਲੇ ਵੀ ਇਹ ਕੰਮ ਕੀਤਾ। ਜਿਹੜੇ ਸ਼ਹੀਦ ਨੇ ਇਉਂ ਮਹਾਂਪੁਰਖਾਂ ਦੇ ਨਾਲ ਰਲ ਕੇ ਕਿਸੇ ਨੇ ਹੁਕਮ ਕਾਰਜ ਕਰ ਦਿੰਦੇ। ਸੋ ਜਿਹੜੀਆਂ ਸਰਕਾਰਾਂ ਅਨੁਸਾਰ ਸਨ, ਉਹ ਕਦੇ ਨਹੀਂ ਇਹ ਚਾਹੁੰਦੀਆਂ ਵੀ ਕੋਈ ਵੀ ਮਹਾਂਪੁਰਖ, ਸਚਿਆਰਾ ਮਹਾਂਪੁਰਖ ਹੈ ਜਿਹੜਾ, ਉਹ ਦੁਨੀਆਂ ਦੇ ਵਿੱਚ ਲੀਡਰ ਬਣ ਕੇ ਲੋਕਾਂ ਨੂੰ ਸਿੱਧੇ ਰਾਹ ਦਿੱਤੇ। ਸੋ ਕਾਰਨ ਕੀ ਸੀ? ਜਿਹੜਾ ਸਚਿਆਰਾ ਪੁਰਖ ਹੈ, ਤੁਸੀਂ ਦੇਖੋ ਉਸ ਸਮੇਂ ਦਾ ਇਤਿਹਾਸ ਪੜ੍ਹ ਕੇ ਦੇਖੋ, ਜਿੰਨੇ ਮੁੰਡੇ ਹਨ, ਮੈਂ ਉਸ ਵੇਲੇ ਉਹਨਾਂ ਮੁੰਡਿਆਂ ਨੂੰ ਮਿਲੇ, ਸਾਡੇ ਪਿੰਡ ਦਾ ਵੀ ਸੀ, ਭਾਵੇਂ ਬਾਅਦ ਦੇ ਵਿੱਚ ਉਹ ਨਸ਼ੇ ਪੀ ਕੇ ਜਾਨ ਨਹੀਂ ਉਹਨੇ ਆਪਣੀ ਗਵਾ ਲਈ, ਪਰ ਮਹਾਰਾਜ ਨੇ ਏਡਾ ਵੱਡਾ ਦਾਨ ਦਿੱਤਾ। ਮੈਂ ਆਪਣੇ ਪਿੰਡ ਦੀ ਤੁਹਾਨੂੰ ਦੱਸ ਸੁਣਾ ਵੀ ਸਾਡੇ ਪਿੰਡ ਦਾ ਮੁੰਡਾ ਪਿੰਡ ਦਾ ਟਰੱਕ ਇਕੱਠਾ ਕਰਕੇ ਉਹਨਾਂ ਦੇ ਦਰਸ਼ਨ ਕਰ ਲਿਆ, ਸਾਰਿਆਂ ਨੂੰ ਅੰਮ੍ਰਿਤ ਛਕਾ ਲਿਆ। 84 ਤੋਂ ਬਾਅਦ ਉਹਨੂੰ ਬਚਾਇਆ ਵੀ ਪਿੰਡ ਨੇ, ਕੋਈ ਪਿੰਡ ਦਾ ਸਰਪੰਚ ਬਣਾ ਦਿੱਤਾ, ਜਾਨ ਵੀ ਬਚ ਗਈ ਉਹਦੀ, ਸਾਰਾ ਕੁਛ ਹੋ ਗਿਆ ਬਚ ਗਿਆ, ਪਰ ਉਹ ਨਸ਼ਿਆਂ ਨੇ ਇੰਨਾ ਗਾਲ ਦਿੱਤਾ ਵੀ ਉਹ ਭਰੀ ਜਵਾਨੀ ਦੇ ਵਿੱਚ ਚਲੇ ਗਿਆ। ਪਰ ਸੰਤਾਂ ਦੇ ਦਰਸ਼ਨ ਕਰਨ ਕਰਕੇ ਇੰਨਾ ਕਰਮ ਕਰਕੇ ਉਹਦੇ ਉੱਤੇ ਇੰਨੀ ਕਿਰਪਾ ਹੋਈ, ਉਹਦੀ ਬੱਚੀ ਹੈ ਜਿਹੜੀ ਪੰਜਾਬ ਦੇ ਵਿੱਚ ਜਿਹੜਾ ਮੈਡੀਕਲ ਟੈਸਟ ਹੁੰਦਾ ਨਾ, MBBS ਦਾ ਫ੍ਰੀ ਟੈਸਟ, ਉਹਦੇ ਵਿੱਚ ਫਸਟ ਆ ਗਈ। ਸਾਰਾ ਖਰਚਾ ਉਹਦਾ ਸਰਕਾਰ ਨੇ, ਅੱਜ ਕੱਲ੍ਹ ਉਹਦੀ ਕੁੜੀ ਅੰਮ੍ਰਿਤਸਰ ਦੇ ਵਿੱਚ ਪੜ੍ਹਦੇ ਜੀ, ਏਡਾ ਵੱਡਾ ਦਾਨ ਹੈ। ਸੋ ਜਿੰਨੇ ਲੋਕ ਹਨ ਜਿਹੜੇ ਉਸ ਵੇਲੇ ਜਿਹਨਾਂ ਨੇ ਦਰਸ਼ਨ ਕੀਤੇ, ਉਹਨਾਂ ਨੂੰ ਉਹਨਾਂ ਨੇ ਅੰਮ੍ਰਿਤ ਦਾ ਦਾਨ ਬਖਸ਼ਿਸ਼ ਕਰਾਇਆ ਗੁਰੂ ਤੋਂ। 10-10 ਹਜ਼ਾਰ ਬੰਦਾ ਇੱਕ ਇੱਕ ਦਿਨ ਦੇ ਵਿੱਚ ਅੰਮ੍ਰਿਤ ਛਕਦਾ, 10-10 ਹਜ਼ਾਰ ਬੰਦਾ। ਕੋਲ ਬੈਠੇ ਹੋਣਾ, ਜਿਹਦੀ ਦਾੜੀ ਕੱਟੀ ਹੋਣੀ ਜਾਂ ਜਿਹਨੇ ਨਸ਼ਾ ਪੀਣਾ ਹੋਣਾ, ਉਹਨੂੰ ਕੋਲ ਸੱਦ ਲੈਣਾ, ਕੋਲ ਸੱਦ ਕੇ ਹੱਥ ਮੋਢੇ ਉੱਤੇ ਕਰਾਪ ਦੇਣਾ, ਉਹਨੂੰ ਏਦਾਂ ਹੀ ਬਚਨ ਕਹਿਣਾ ਵੀ ਤੂੰ ਮੇਰਾ ਭਰਾ ਬੰਦਾ। ਮੋਮ ਵਰਗਾ ਬਣ ਜਾਂਦਾ ਜਦੇ, ਜਾਂ ਦਾੜੀ ਤੇ ਹੱਥ ਫੇਰਨਾ, ਉਹ ਬੰਦੇ ਦੱਸਦੇ ਨੇ ਵੀ ਜਦੋਂ ਅਸੀਂ ਦਾੜੀ ਤੇ ਹੱਥ ਫੇਰਦੇ ਸਾਨੂੰ ਡਰ ਲੱਗਣ ਲੱਗ ਜਾਂਦਾ ਸੀ ਵੀ ਦਾੜੀ ਨੂੰ ਅਸੀਂ ਖਾਵਾਂਗੇ। ਜਿਹੜੀਆਂ ਹਕੂਮਤਾਂ ਨੇ ਉਹ ਇਹੋ ਜਿਹੇ ਸੁਚਿਆਰ ਪੁਰਖਾਂ ਨੂੰ ਅੱਗੇ ਨਹੀਂ ਆਉਣ ਦੇਣਾ ਚਾਹੁੰਦੀਆਂ। ਅੱਜ ਵੀ ਅਫਸੋਸ ਨਾਲ ਕਹਿਣਾ ਪੈਂਦਾ ਹੈ, ਅੱਜ ਵੀ ਸਾਡੇ ਵਿੱਚ ਲੋਕ ਇਹੋ ਜਿਹੇ ਹੈ ਨੇ ਜਿਹੜੇ ਇਹ ਕਹਿੰਦੇ ਨੇ ਵੀ ਸੰਤ ਜਰਨੈਲ ਸਿੰਘ ਨੇ ਦਰਬਾਰ ਸਾਹਿਬ ਦੇ ਅੰਦਰ ਡੇਰਾ ਕਿਉਂ ਲਾਇਆ ਜਾ। ਅਜੇ ਵੀ ਸਾਨੂੰ ਇਹਦੀ ਸਮਝ ਨਹੀਂ ਹੈ ਬਈ ਜਰਨੈਲ ਸਿੰਘ ਦੇ ਉੱਤੇ ਅਸੀਂ ਕਿੰਦੂ ਪ੍ਰਾਂਤੂ ਕਰਦੇ ਹਾਂ, ਦਰਬਾਰ ਸਾਹਿਬ ਤੋਂ ਬਾਹਰ ਰਹਿੰਦਾ ਜੇ ਉਹ ਦਰਬਾਰ ਸਾਹਿਬ 'ਤੇ ਹਮਲਾ ਨਹੀਂ ਹੋ ਸਕਦਾ। ਹੁਣ ਤੁਸੀਂ ਦੇਖੋ ਅਬਦਾਲੀ ਨੂੰ ਦੇਖ ਲਓ, ਬਈ ਅਬਦਾਲੀ ਹੈ, ਸਾਰੇ ਸਿੰਘ ਤਾਂ ਬਾਹਰ ਫਿਰਦੇ ਸਨ, ਦਰਬਾਰ ਸਾਹਿਬ ਦੇ ਅੰਦਰ ਤਾਂ ਕੋਈ ਹੈ ਨਹੀਂ ਸੀ, ਦਰਬਾਰ ਸਾਹਿਬ ਉਹਨੇ ਫਿਰਦਾ ਤਾ। ਜਿੰਨੇ ਸਿੱਖ ਬਾਹਰ ਫਿਰਦੇ ਸਨ, ਲੱਖਾਂ ਦੀ ਗਿਣਤੀ ਵਿੱਚ ਅਬਦਾਲੀ ਨੇ ਮਾਰੇ। ਇਹ ਜਿਹੜੀਆਂ ਹਕੂਮਤਾਂ ਨੇ ਉਹਨਾਂ ਦੀ ਇੱਕ ਨੀਤੀ ਹੈ, ਸਭ ਤੋਂ ਪਹਿਲਾਂ ਲੀਡਰ ਮਾਰ ਦਿਓ, ਲੀਡਰ ਤੋਂ ਬਾਅਦ ਸਥਾਨ ਢਾ ਦਿਓ,
ਤੇ ਉਦੋਂ ਬਾਅਦ ਜਿਹੜਾ ਵੀ ਕੋਈ ਇਹਨਾਂ ਦੇ ਤਗੜਾ ਤਗੜਾ ਜ਼ਮੀਨ ਵਾਲੇ ਧਾਰੀ ਨੇ ਉਹਨਾਂ ਨੂੰ ਫੜ ਫੜ ਮਕਾਈ ਚੱਲੋ ਨੌਜਵਾਨ ਪੀੜ੍ਹੀ ਬਾਅਦ ਇਉਂ ਇਹ ਡਰ ਪੈ ਹੈ ਪੈ ਕੇ ਇਹ ਇਵੇਂ ਖਤਮ ਹੋ ਗਿਆ। ਇਹ ਹਕੂਮਤਾਂ ਦਾ ਜਿਹੜਾ ਹੈ ਬਣਾਇਆ ਹੋਇਆ ਜਿਹਨਾਂ ਤੋਂ ਪਹਿਲਾਂ ਤੋਂ ਇਹ ਫਾਰਮੂਲਾ ਅਬਦਾਲੀ ਨੇ ਇਹ ਅਪਣਾਇਆ ਆਪਣੇ 'ਤੇ ਅਤੇ 84 ਦੇ ਵਿੱਚ ਅਪਣਾਇਆ ਤਾਂ ਨਹੀਂ ਜਾਣਾ ਸੀ ਪਰ ਇਹ ਗਿਆ ਕਿਉਂਕਿ ਸਾਡੇ ਜਿਹੜੇ ਆਪਣੇ ਹੀ ਨੇ ਨਾ ਆਪਣਿਆਂ ਨੇ ਗਦਾਰੀ ਕੀਤੀ ਉਹ ਜਾ ਕੇ ਹਕੂਮਤਾਂ ਦੇ ਪੱਲੇ ਪੈ ਗਏ ਉਹਨਾਂ ਦੇ ਕੋਲ ਡਿੱਗੇ ਜਿਹਨਾਂ ਕਰਕੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ। ਸਿੱਖ ਤੋਂ ਤਾਂ ਇੰਨਾ ਡਰਦੇ ਨੇ ਨਾ ਬਾਕੀ ਦੇ ਜਿੰਨੇ ਨੇ ਗੈਰ ਧਰਮਾਂ ਵਾਲੇ ਜਿਹੜਾ ਬਾਣੀ ਪੜ੍ਹਨ ਵਾਲਾ ਜਿਹਦੇ ਬਾਣਾ ਪਾਇਆ ਹੋਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਸੀ ਨਾ ਜਦੋਂ ਮਹਾਰਾਜ ਦੇ ਦਰਬਾਰ ਦੇ ਵਿੱਚ ਸ਼ੇਰ ਦੀ ਖਲ ਲੈ ਕੇ ਸਿੱਖ ਆ ਗਿਆ ਨਾਲੇ ਹੱਸਣ ਉਹ ਅਤੇ ਮਹਾਰਾਜ ਦੇ ਚਰਨਾਂ ਵਿੱਚ ਪਹੁੰਚ ਕੇ ਮਹਾਰਾਜ ਕਹਿੰਦੇ ਵੀ ਪਾਤਸ਼ਾਹ ਜੀ ਹੱਸਦੇ ਕਾਹਦੇ ਹੋ ਖਲ ਕਿਉਂ ਲੈ ਕੇ ਆਉਂਦੀ ਹੈ ਕਹਿੰਦੇ ਮਹਾਰਾਜ ਇਹ ਖਲ ਲੈ ਕੇ ਇਸ ਕਰਕੇ ਆਇਆ ਵੀ ਇਹ ਖੋਤੇ ਦੇ ਉੱਤੇ ਖਲ ਚੜ੍ਹਾਈ ਹੋਈ ਸੀ ਕਹਿੰਦੇ ਹੱਸਦੇ ਕਾਹਦੇ ਹੋ ਕਹਿੰਦੇ ਵੀ ਸਾਰਾ ਅਨੰਦਪੁਰ ਸਾਹਿਬ ਡਰਦਾ ਸੀ ਇਸ ਸ਼ੇਰ ਤੋਂ ਵੀ ਜਿੱਥੇ ਜਾਂਦਾ ਸੀ ਸਾਰੇ ਘਰਾਂ ਦੇ ਵਿੱਚ ਵੜ ਜਾਂਦੇ ਸਨ ਅਤੇ ਸ਼ੇਰ ਆ ਗਿਆ ਸ਼ੇਰ ਆ ਗਿਆ ਕਹਿੰਦੇ ਫਿਰ ਹੱਸਣ ਵਾਲੀ ਕਿਹੜੀ ਗੱਲ ਹੈ ਕਹਿੰਦੇ ਇੱਕ ਦਿਨ ਖੋਤੇ ਜਾਂਦੇ ਸਨ ਖੋਤੇ ਨੀਂਗ ਪਏ ਅਤੇ ਇਹ ਵੀ ਵਿੱਚੋਂ ਖੋਤਿਆਂ ਵਾਂਗ ਨੀਂਗਣ ਲੱਗ ਪਿਆ ਅਤੇ ਅਸੀਂ ਡਾਂਗ ਫੜੀ ਅਤੇ ਪੜ੍ਹ ਕੇ ਵੀ ਤਾਂ ਖੋਤਾ ਹੈ ਸ਼ੇਰ ਦੀ ਗੱਲ ਪਾਈ ਅਸੀਂ ਪੜ੍ਹ ਕੇ ਢਾਲਿਆ ਅਤੇ ਚਾਰ ਮਾਰੀ ਡੰਗ ਹੱਲ ਲਾ ਲਈ ਅਸੀਂ ਜੋ ਦੇਖਿਆ ਨਿਕਲਿਆ ਖੋਤਾ ਵੀ ਇਹ ਪਤਾ ਨਹੀਂ ਕਿਹਨੇ ਚੜ੍ਹਾਇਆ ਸੀ ਇਹਦੇ ਉੱਤੇ ਬਾਜਾਂ ਵਾਲੇ ਸਤਿਗੁਰੂ ਪੁੱਤਰਾਂ ਦੇ ਦਾਨੀ ਕਹਿਣ ਲੱਗੇ ਖਾਲਸਾ ਜੀ ਇਹ ਕੰਮ ਮੈਂ ਕਰਾਇਆ ਕਹਿੰਦੇ ਜੀ ਇਹ ਕਾਹਦੇ ਕਰਾਇਆ ਸੀ ਕਹਿੰਦੇ ਤਾਂ ਕਰਾਇਆ ਸੀ ਵੀ ਤੁਹਾਨੂੰ ਸਾਰਿਆਂ ਨੂੰ ਸ਼ੇਰ ਦੀ ਖਲ ਦਿੱਤੀ ਹੈ ਸ਼ੇਰ ਦਾ ਰੂਪ ਦਿੱਤਾ ਹੈ ਜਿੰਨਾ ਚਿਰ ਸ਼ੇਰ ਵਾਲੇ ਗੁਣ ਧਾਰਨ ਕਰਕੇ ਜਿਉਂਦੇ ਰਹੋਗੇ ਨਾ ਸ਼ੇਰ ਵਾਲੇ ਕਰਮਾਂ ਦੇ ਕਰੋਗੇ ਇਹ ਡਰ ਪੈ ਦੁਨੀਆਂ ਦੇ ਉੱਤੇ ਹੀ ਪ੍ਰਤਾਪ ਰਹੋ ਦੁਨੀਆਂ ਦੇ ਉੱਤੇ ਅਤੇ ਨਾਲ ਸਾਨੂੰ ਲਿਖ ਕੇ ਮਰਜਾਵਾਂ ਦੇ ਵਿੱਚ ਦਰਸਾ ਦਿੱਤਾ ਜਬ ਲੱਗ ਖਾਲਸਾ ਰਹਿ ਨਿਆਰਾ ਤਬ ਲੱਗ ਤੇਜ ਦੀ ਉਹ ਮੈਂ ਸਾਰਾ ਜਬ ਗ੍ਰਹਿ ਵਿਪਰਨ ਕੀ ਰੀਤ ਮੈਂ ਨਾ ਕਰੋ ਇਹ ਕੀ ਪ੍ਰਤੀਤ ਜੇ ਥੋੜ੍ਹੇ ਸਮੇਂ ਖਾਤਰ ਪਾ ਲਿਆ ਨਾ ਰੂਪ ਪ੍ਰਤਾਪ ਤਾਂ ਰਹੂਗਾ ਪਰ ਜਦ ਕੰਮ ਪੁੱਠੇ ਕਰਨੇ ਸ਼ੁਰੂ ਕਰ ਦਿੱਤੇ ਵੀ ਡਾਂਗਾ ਜ਼ਰੂਰ ਪੈਣਗੀ ਡਾਂਗਾ ਜ਼ਰੂਰ ਪੈਣਗੀਆਂ ਬਦਨਾਮੀ ਜ਼ਰੂਰ ਹੋ ਪੱਗਾਂ ਜ਼ਰੂਰ ਲੈਣਗੀ ਸੋ ਜੇ ਸੱਚੇ ਦਿਲ ਨਾਲ ਬਾਣੀ ਪੜ੍ਹਦੇ ਹਾਂ ਬਾਣੀ ਬਾਣਾ ਪੜ੍ਹ ਕੇ ਇਹ ਕੰਮ ਕਰਦੇ ਹਾਂ ਫਿਰ ਤਾਂ ਬਚੇ ਰਹਾਂਗੇ ਜੇ ਇਹ ਕੰਮ ਕੀਤਾ ਇਹ ਸਾਡਾ ਉਹੀ ਨਾਲ ਹੁੰਦਾ ਆਪਾਂ ਦੇਖਦੇ ਹਾਂ ਵੀ ਪੱਗਾਂ ਵੀ ਲੈਣੀਆਂ ਨੇ ਡਾਂਗਾ ਵੀ ਸਾਡੇ 'ਤੇ ਪੈਂਦੀਆਂ ਨੇ ਸਾਰੇ ਕੰਮ ਹੁੰਦੇ ਸੋ ਅਸੀਂ ਇਸ ਗੱਲ ਦਾ ਖਿਆਲ ਰੱਖਣਾ ਸਾਰਿਆਂ ਨੇ ਚੁਣੌਤੀ ਸਾਨੂੰ ਇਹ ਗੱਲ ਨੂੰ ਯਾਦ ਕਰਾਉਂਦੀ ਹੈ ਕਿ ਜਿਹੜਾ ਮਹਾਂਪੁਰਖ ਹੈ ਮਹਾਂਪੁਰਖ ਸਤਿਗੁਰੂ ਦੀ ਕਿਰਪਾ ਨਾਲ ਪ੍ਰਗਟ ਹੁੰਦਾ ਹੈ ਦੁਨੀਆਂ ਦੇ ਸੱਚਾ ਹੁੰਦਾ ਕਿ ਝੂਠਾ ਹੁੰਦਾ ਇਹ ਤੁਸੀਂ ਆਪਣੇ ਹਿਰਦੇ ਦੇ ਨਾਲ ਪਛਾਣ ਲੈਣਾ ਕਿਹੜੇ ਕਰਮਾਂ ਕਰਕੇ ਕਿਹੜੇ ਕਰਮ ਕਰਕੇ ਸਾਧੂ ਸੱਚਾ ਹੁੰਦਾ ਉਹਦੇ ਪਿੱਛੇ ਲੱਗ ਕੇ ਆਪਣਾ ਜੀਵਨ ਸੁਭਾਅ ਸੋ 84 ਹੈ ਜਿਹੜੀ ਐਡਾ ਵੱਡਾ ਦੁਹਾਂਤ ਹੈ ਅਤੇ ਹੁਣ ਤੱਕ ਹਕੂਮਤਾਂ ਨੇ ਦਿੱਲੀ ਦੀ ਸਰਕਾਰ ਵਾਰ ਵਾਰ ਕਹਿੰਦੀ ਰਹੀ ਵੀ ਉਹ ਭੁੱਲ ਜਾਓ ਨਾ ਉਹਨਾਂ ਨੂੰ ਸਜ਼ਾ ਮਿਲੀ ਹੈ ਜਿਹਨਾਂ ਨੇ 84 ਦਾ ਹਮਲਾ ਕੀਤਾ 84 ਦੇ ਵਿੱਚ ਸਿੱਖ ਮਾਰੇ ਦਰਬਾਰ ਸਾਹਿਬ ਦੇ ਉੱਤੇ ਜਿਹਨਾਂ ਨੇ ਹਮਲਾ ਕੀਤਾ ਨਾ ਉਹਨਾਂ ਨੂੰ ਸਜ਼ਾ ਮਿਲੀ ਹੈ ਨਾ ਕਿਸੇ ਨੂੰ ਕੰਪਨਸੇਸ਼ਨ ਮਿਲਿਆ ਨਾ ਕਿਸੇ ਨੂੰ ਕੋਰਟਾਂ ਦੇ ਵਿੱਚ ਨਿਆਂ ਮਿਲਿਆ ਅਤੇ ਸਿੱਖਾਂ ਨੂੰ ਉਲਟਾ ਇਹ ਦਬਾਇਆ ਜਾਂਦਾ ਕਿ ਤੁਸੀਂ ਉਸ ਗੱਲ ਨੂੰ ਭੁੱਲ ਜਾਓ
ਬੜੇ ਸਿਆਣੇ ਮਸਕੀਨ ਸਾਹਿਬ ਨੇ ਬੜਾ ਸੋਹਣਾ ਉੱਚੇ ਵਿਚਾਰ ਦਿੱਤਾ ਸੀ, ਜਰਨਲਿਸਟਾਂ ਨੂੰ ਜਵਾਬ ਦਿੱਤਾ ਸੀ, ਕਹਿੰਦੇ ਸਾਨੂੰ ਤਾਂ ਕਹਿੰਦੇ ਦਰਬਾਰ ਸਾਹਿਬ ਦੇ ਹੋਲੇ ਨੂੰ ਭੁੱਲ ਜਾਓ। ਕਹਿੰਦੇ ਤ੍ਰੇਤੇ ਯੁੱਗ ਦੇ ਵਿੱਚ ਰਾਮ ਚੰਦਰ ਜੀ ਨੇ ਰਾਵਣ ਦੇ ਉੱਤੇ ਹਮਲਾ ਕੀਤਾ, ਰਾਵਣ ਖਤਮ ਕਰ ਦਿੱਤਾ। ਰਾਵਣ ਨੂੰ ਤੁਸੀਂ ਅਜੇ ਤੱਕ ਨਹੀਂ ਭੁੱਲੇ, ਅਜੇ ਤੱਕ ਦੁਸਹਿਰੇ ਨੂੰ ਸਾਰੇ ਮਨਾਉਂਦੇ ਹੋ, ਰਾਵਣ ਨੂੰ ਉਹਦੀ ਯਾਦ ਦੇ ਵਿੱਚ ਦੁਸਹਿਰਾ ਅਜੇ ਤੱਕ ਮਨਾਉਂਦੇ, ਉਹਨੂੰ ਤਾਂ ਭੁੱਲੇ ਨੀ, ਉਹ ਯੁੱਗ ਬੀਤ ਗਏ ਨੇ। ਤੇ ਆਹ ਕੱਲ ਦੀ ਗੱਲ, ਦਰਬਾਰ ਸਾਹਿਬ ਹੈ, ਦਰਬਾਰ ਸਾਹਿਬ ਢਾਏ ਤੇ ਸਾਨੂੰ ਕਹਿੰਦੇ ਭੁੱਲ ਜਾਓ। ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ, ਦਰਬਾਰ ਸਾਹਿਬ ਨਜਾਇਜ਼ ਮਾਰੇ, ਸਾਰੇ ਸਿੰਘ ਨਜਾਇਜ਼ ਹਮਲਾ ਕੀਤਾ, ਤੇ ਉਹ ਉਹਨਾਂ ਨੂੰ ਤਾਂ ਸਾਰੀਆਂ ਮੰਦ ਜਿਹੜੀਆਂ ਧੱਕਾ ਕੀਤਾ, ਜਿੰਨੇ ਬੰਦੇ ਮਾਰੇ ਨੇ, ਜਿੰਨੇ ਬੰਦੇ ਮਾਰੇ ਗਏ ਨੇ ਸਾਰੇ ਦੇ ਸਾਰੇ ਆਪ ਗਵਰਨਮੈਂਟਾਂ ਨੇ ਮਾਰੇ। ਦਿੱਕਤਾਂ ਤੁਹਾਡੇ ਸਾਰੇ ਸਾਹਮਣੇ ਡਾਕੂਮੈਂਟਡ ਗੱਲਾਂ ਹੈ ਮੇਰੇ ਸਾਹਮਣੇ। ਸੋ ਹਕੂਮਤਾਂ ਨੇ ਜਿਹੜੀਆਂ ਆਪਣੇ ਇਹ ਕਰਮ ਕਰਨ ਦੇ ਲਈ 25 ਸਾਲ ਤੱਕ ਆਪਣੇ ਕੀਤੇ ਕਰਮ ਨੂੰ ਇਹ ਲਾਏ ਹਕੂਮਤਾਂ ਦਾ 25 ਸਾਲ ਤੱਕ ਉਹ ਗੁਪਤ ਰੱਖਦੀਆਂ, ਜਿਹੜਾ ਕਰਮ ਕੀਤਾ 25 ਸਾਲ ਤੱਕ ਕੋਈ ਵੀ ਡਾਕੂਮੈਂਟ ਬਾਹਰ ਨਹੀਂ ਨਿਕਲ ਹੁੰਦੀ। 25 ਸਾਲਾਂ ਬਾਅਦ ਇੱਕ ਪੀੜ੍ਹੀ ਬਦਲ ਜਾਂਦੀ ਹੈ, ਜਿਹੜਾ ਕੋਈ ਮਰਜ਼ੀ ਹੋਈ, ਕਿਤਾਬਾਂ ਲਿਖੀ ਜਾਓ, ਜੋ ਕੋਈ ਮਰਜ਼ੀ ਕਹੀ ਜਾਓ, ਕਰਨ ਵਾਲੇ ਮਰ ਗਏ ਸਾਰੇ, ਕਰਮ ਕੀ ਚਲੇ ਜਾਂਦੇ। ਪਰ ਸਾਨੂੰ ਸਤਿਗੁਰੂ ਨੇ ਇਹ ਦਰਸਾਇਆ ਕਿ ਜੇ ਬਚਣਾ ਹੈ, ਜੇ ਬਚਣਾ ਹੈ, ਬਾਣੀ ਨਾਲ ਜੁੜ ਕੇ ਰਹੋ, ਬਾਣੀ ਨਾਲ ਜੁੜ ਕੇ ਰਹੋ। ਬਾਣੀ ਜਿਉਣੀ ਹੈ, ਸਿਰਫ ਪੜ੍ਹਨੀ ਨਹੀਂ, ਬਾਣੀ ਜਿਉਣੀ ਹੈ। ਜਿਹੜਾ ਪੜ੍ਹੇਗਾ, ਜੀਵੇਗਾ ਬਾਣੀ ਨੂੰ, ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਸਤਿਗੁਰੂ ਕੀ ਜਿਸਨੂੰ ਮਤ ਆਵੈ ਤੋ ਸਤਿਗੁਰ ਮਾਹੇ ਸਮਾਨਾ। ਇਹ ਬਾਣੀ ਜੋ ਜੀਵ ਜਾਣੈ ਕਿਸ ਅੰਤਰ ਰਵੈ ਹਰਨਾਮਾ। ਸਤਿਗੁਰੂ ਦੀ ਮਤ, ਸਤਿਗੁਰੂ ਦੀ ਨਿਰਭੈਤਾ, ਸਤਿਗੁਰੂ ਦੀ ਨਿਰਵੈਰਤਾ, ਸਤਿਗੁਰੂ ਦਾ ਬਲ ਉਸ ਸਿੱਖ ਦੇ ਅੰਦਰ ਨਿਵਾਸ ਕਰਦਾ ਹੈ ਜਿਹੜਾ ਸਤਿਗੁਰੂ ਦੀ ਬਾਣੀ ਨੂੰ ਹੂ ਹੂ ਘੁਮਾਉਂਦਾ ਹੈ। 84 ਦਾ ਉਦੇਸ਼ ਆਪਾਂ ਨੂੰ ਯਾਦ ਰੱਖਣਾ, ਆਪਣੇ ਹਿਰਦੇ ਦੇ ਵਿੱਚ ਵਸਾ ਕੇ ਰੱਖਣਾ ਹੈ। ਸਤਿਗੁਰੂ ਮੇਰਾ ਕੰਮ, ਜਿਹੜੇ ਨੌਜਵਾਨ ਬੱਚੇ ਹਨ ਖਾਸ ਕਰਕੇ, ਉਹ ਇਸ ਗੱਲ ਦਾ ਜ਼ਿਆਦਾ ਧਿਆਨ ਰੱਖਣ, ਜਿੰਨਾ ਬਾਣੀ ਨੂੰ ਜਵਾਨੀ ਦੇ ਵਿੱਚ ਕਮਾਇਆ ਜਾ ਸਕਦਾ ਹੈ, ਉਹਨਾਂ ਅਖੀਰ ਲਈ ਉਹਦੇ ਵਿੱਚ ਜੀਵ ਸੌਖਾ ਰਹਿੰਦਾ ਹੈ। ਜੇ ਜਵਾਨੀ ਦੇ ਵਿੱਚ ਭੁਲਾ ਲਈਏ, ਫਿਰ ਜਿਵੇਂ ਵੱਡਾ ਦਰਖਤ ਹੈ, ਉਹਦਾ ਟਾਹਣਾ ਟੁੱਟਦਾ ਜਾਂਦਾ ਪਰ ਮੁੜਦਾ ਨਹੀਂ, ਮੋੜਨੀਆਂ ਆਦਤਾਂ ਬੜੀਆਂ ਔਖੀਆਂ ਹੁੰਦੀਆਂ। ਸੋ ਗੁਰੂ ਦੇ ਡਰ 'ਤੇ ਆ ਕੇ ਇਹ ਅਰਦਾਸ ਕਰੀਏ ਕਿ ਸਤਿਗੁਰੂ ਸਾਨੂੰ ਪੁਰਾਣੇ ਸਿੱਖਾਂ ਵਾਲਾ ਬਣ ਦੂ। ਗੁਰੂ ਮਹਾਰਾਜ ਮੇਰਾ ਕੰਮ, ਇਹ ਉਦੇਸ਼ ਸਤਿਗੁਰੂ ਜੀ ਦਾ ਸਾਡੇ ਹਿਰਦੇ ਅੰਦਰ ਵਸੇ, ਅਤੇ ਅਸੀਂ ਕਮਾਈ ਵਾਲੇ ਮਹਾਂਪੁਰਖਾਂ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਨੇ, ਜਿਨ੍ਹਾਂ ਦੀ ਕਮਾਈ ਸਦਕਾ ਆਪਾਂ ਜਿਉਂਦੇ ਹਾਂ, ਜਿਨ੍ਹਾਂ ਦੀ ਕਮਾਈ ਆਪਾਂ ਸਾਰੇ ਖਾਂਦੇ ਹਾਂ, ਉਹਨਾਂ ਨੂੰ ਆਪਾਂ ਯਾਦ ਰੱਖੋ। ਭੁੱਲਾਂ ਸੁਣੀਆਂ ਸੇਵਾ ਕਰਦੇ ਜੀ, ਆਪ ਪਰਿਵਾਰ ਦੇ ਵਿੱਚ ਚੱਲਣ ਦਾ ਸਾਰੇ ਆਸਰਾ ਮੰਗੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।